ਸਤਿ ਸ਼੍ਰੀ ਅਕਾਲ ਦੋਸਤੋ ਜੀ, ਆਮ ਤੌਰ 'ਤੇ ਅਸੀਂ ਇਹਨਾਂ ਐਪੀਸੋਡ ਦੇ ਜ਼ਰੀਏ ਵੱਖ ਵੱਖ ਕਿਸਮ ਦੀਆਂ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਮਿਲਾਉਂਦੇ ਹਾਂ ਅਤੇ ਉਹਨਾਂ ਸ਼ਖਸੀਅਤਾਂ ਦੇ ਜੀਵਨ ਬਾਰੇ, ਉਹਨਾਂ ਦੇ ਕੀਤੇ ਕਰਮਾਂ ਬਾਰੇ, ਉਹਨਾਂ ਵੱਲੋਂ ਕੁਝ ਸਿਰਜੇ ਹੋਏ ਹਿੰਸਿਆਂ ਬਾਰੇ ਤੁਹਾਨੂੰ ਅਸੀਂ ਦਿਖਾਉਂਦੇ ਹਾਂ। ਅਤੇ ਕਈ ਵਾਰ ਵੱਖਰੋ ਵੱਖਰੀ ਫੀਲਡ ਦੇ ਜਿਹੜੀਆਂ ਸ਼ਖਸੀਅਤ ਹੁੰਦੀਆਂ ਅਤੇ ਸਾਨੂੰ ਵੱਖਰੋ ਵੱਖਰੇ ਢੰਗ ਦੇ ਸਵਾਲ ਜਵਾਬ 'ਚ ਜਾਣਾ ਪੈਂਦਾ ਅਤੇ ਸਾਨੂੰ ਤਿਆਰੀਆਂ ਕਰਨੀਆਂ ਪੈਂਦੀਆਂ, ਪਰ ਕਈ ਵਾਰੀ ਕੋਈ ਇਹੋ ਜਿਹੀ ਫੀਲਡ ਹੁੰਦੀ ਹੈ ਜਿਹੜੀ ਤੁਹਾਡੀ ਆਪਣੀ ਪਸੰਦ ਦੀ ਫੀਲਡ ਹੁੰਦੀ ਹੈ, ਪਸੰਦ ਦੀਆਂ ਗੱਲਾਂ ਹੁੰਦੀਆਂ ਅਤੇ ਤੁਹਾਨੂੰ ਬੜਾ ਈਜ਼ੀ ਲੱਗਦਾ। ਸੋ ਅੱਜ ਆਪਾਂ ਜਿਹੜੀ ਸ਼ਖਸੀਅਤ ਨਾਲ ਮਿਲਾਉਣ ਜਾ ਰਹੇ ਹਾਂ, ਉਹਨਾਂ ਦਾ ਵੀ ਮੀਡੀਆ ਨਾਲ ਲੰਮੇ ਚਿਰ ਤੋਂ ਵਾਹ ਵਾਸਤਾ ਰਿਹਾ, ਵਿਦੇਸ਼ ਨਾਲ ਵੀ ਉਹਨਾਂ ਦਾ ਲੰਮੇ ਚਿਰ ਤੋਂ ਵਾਹ ਵਾਸਤਾ। ਜੇ ਜੀ ਸਾਡੀ ਸੋਚ ਆ ਲਿਟਰ ਜਿਹਨੂੰ ਕਹਿ ਸਕਦੇ ਥੋੜ੍ਹੀ ਜਿਹੀ ਵੱਖਰੀ, ਤਾਂ ਉਹ ਵੱਖਰੀ ਸੋਚ ਜਿਹੜੀ ਅਪਣਾਉਂਦੇ ਆ ਉਹ ਵੀ ਰੱਖੀ ਆ ਉਹਨਾਂ ਨੇ ਆਪਦੇ ਜੀਵਨ ਭਰ ਉਹਨਾਂ ਨੇ ਰੱਖੀ ਆ ਜੀ। ਵੱਡਾ ਨਾਂ ਰਹੇ ਆ, ਮੀਡੀਆ ਨਾਲ ਜੁੜੇ, ਸਾਰੇ ਬੰਦੇ ਜਾਣਦੇ ਆ, ਅਤੇ ਸਭ ਤੋਂ ਜਿਹੜੀ ਉਹਨਾਂ ਦੀ ਵੱਡੀ ਖਾਸੀਅਤ ਰਹੀ ਆ ਵੀ ਉਹ ਇੰਨਾ ਕੁਛ ਹੁੰਦੇ ਹੋਏ ਵੀ ਜ਼ਮੀਨ 'ਤੇ ਆ, ਅਤੇ ਜ਼ਮੀਨ 'ਤੇ ਹੋਣ ਦਾ ਭਾਵ ਮੈਂ ਕਹਿ ਸਕਦਾ ਵੀ ਬੜੇ ਸਰਲ ਆ, ਬੜੀ ਆਸਾਨੀ ਨਾਲ ਤੁਹਾਨੂੰ ਉਪਲਬਧ ਆ, ਬੜੀ ਵਧੀਆ ਗੱਲਬਾਤ ਕਰਦੇ ਆ, ਹੈਲਪਫੁੱਲ ਆ। ਪਰ ਨਿਮਾਣੀ, ਬੜੀ ਨਿਮਾਣੀ ਸ਼ਖਸੀਅਤ ਆ, ਅਤੇ ਜਦੋਂ ਅਸੀਂ ਅੱਜ ਇਹਨਾਂ ਨੂੰ ਇੰਟਰਵਿਊ ਲਈ ਕਿਹਾ ਅਤੇ ਉਹ ਕਹਿੰਦੇ ਜੀ ਕੀ ਮਕਸਦ ਆ, ਕਾਹਦੇ ਲਈ ਕਰਨੀ ਆ, ਤਾਂ ਉਹ ਕਹਿੰਦੇ ਜੀ ਅਸੀਂ ਵੱਖੋ ਵੱਖਰੇ ਸ਼ਖਸੀਅਤਾਂ ਦੀ ਇੰਟਰਵਿਊ ਕਰਦੇ ਹਾਂ। ਕਹਿੰਦੇ ਜੀ ਫਿਰ ਕਿਸੇ ਸ਼ਖਸੀਅਤ ਦੀ ਕਰੋ, ਮੇਰੀ ਕੀ ਕਰੋਗੇ। ਸੋ ਇਹੀ ਉਹਨਾਂ ਦੀ ਸ਼ਖਸੀਅਤ ਆ ਜੀ, ਇਹ ਵੱਡੀ ਸ਼ਖਸੀਅਤ ਆ ਜਿਹੜੀ ਮੇਰੀ ਨਜ਼ਰ 'ਚ ਬਹੁਤ ਵੱਡੀ ਆ। ਸੋ ਮੇਰੀ ਮੁਰਾਦ ਆ ਜੀ ਅਸ਼ੋਕ ਸਦੌੜਾ ਜੀ ਤੋਂ, ਬਠਿੰਡਾ ਏਰੀਏ 'ਚ ਜਾਂ ਕੋਈ ਬਾਹਰ ਜਾਣ ਦੇ ਸ਼ੌਕੀਨ ਜਾਂ ਉਹ ਲੋਕ ਤਾਂ ਇਹਨਾਂ ਦੇ ਨਾਂ ਤੋਂ ਬਹੁਤ ਵਾਕਫ ਆ, ਮੀਡੀਆ ਨਾਲ ਜੁੜੇ ਲੋਕ ਬਹੁਤ 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 ਵਾਕਫ ਆ, ਜਿਹੜੇ ਕਿ ਖਾਸ ਕਰਕੇ ਟ੍ਰਿਬਿਊਨ ਨੂੰ ਪੜ੍ਹਦੇ ਰਹੇ ਆ ਲਗਾਤਾਰ 10 ਸਾਲ, ਉਹਦੇ 'ਚ ਇਹਨਾਂ ਨੇ ਜੋਬ ਨਿਭਾਈ ਆ, ਹੋਰ ਬਹੁਤ ਸਾਰੇ ਕੰਮ ਕੀਤੇ ਆ। ਅਤੇ ਜਿਹੜੀ ਇੱਕ ਮੈਨੂੰ ਖਾਸ ਤੌਰ 'ਤੇ ਪ੍ਰਭਾਵਿਤ ਕਰਦੀ ਹੈ ਗੱਲ, ਉਹ ਆ ਉਹਨਾਂ ਨੇ ਕਈ ਵੱਖਰੇ ਨਵੇਕਲੇ ਕੰਮ ਕੀਤੇ ਆ। ਅਤੇ ਦੂਜੀ ਗੱਲ, ਜਿਹੜੇ ਅੰਗਰੇਜ਼ੀ ਦੇ ਮਾਮਲੇ 'ਚ ਗੱਲ ਕਰਾਂ, ਇੰਗਲਿਸ਼ ਦੇ ਮਾਮਲੇ 'ਚ, ਤਾਂ ਮੈਂ ਇਹਨਾਂ ਦਾ ਜ਼ਿਲ੍ਹਾ ਦੱਸੂਗਾ ਜਦੋਂ, ਅਤੇ ਤੁਸੀਂ ਆਪ ਹੀ ਸਮਝੋਗੇ ਇਸ ਬੰਦੇ ਨੂੰ ਇੰਗਲਿਸ਼ ਕਿੱਥੋਂ ਆਉਣੀ ਆ। ਮਾਨਸਾ ਜ਼ਿਲ੍ਹੇ ਦਾ ਬੰਦੇ ਜੀ ਇੰਗਲਿਸ਼ ਨਾਲ ਇਹਨਾਂ ਨੂੰ ਕੀ ਕਿੱਥੇ ਸਿੱਖ ਸਕਦੇ ਆ, ਕਿੱਥੇ ਵਾਹ ਵਾਸਤਾ, ਇਹੀ ਹੈ ਨਾ ਤੁਹਾਡੀ ਰਾਇ। ਪਰ ਅੱਜ ਤੁਹਾਡੇ ਨਾਲ ਵਹਿਮ ਦੂਰ ਕਰਦੇ ਹਾਂ। ਸੋ ਪਹਿਲਾਂ ਜੀ ਐਂ ਕਹਿੰਦੇ ਆ, ਫਿਰ ਉਹਨਾਂ ਨਾਲ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਸ਼ੋਕ ਜੀ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ। ਸੋ ਅਸ਼ੋਕ ਜੀ, ਅਸੀਂ ਵਡਭਾਗੇ ਹਾਂ ਜੀ ਤੁਹਾਡੇ ਕੋਲ ਆਏ ਹਾਂ, ਅਤੇ ਆ ਕੇ ਅਸੀਂ ਪੇਂਡੂ ਸਟੇਡੀਅਮ ਦੇ ਦਰਸ਼ਕਾਂ ਲਈ ਥੋੜ੍ਹੀਆਂ ਜਿਹੀਆਂ, ਅਸੀਂ ਸਾਨੂੰ ਲੱਗਦਾ ਵੀ ਮੋਟੀਵੇਸ਼ਨ ਪਰਸਨ ਹੁੰਦੇ ਆ ਜਿਹੜੇ ਮੋਟੀਵੇਟ ਕਰਦੇ ਆ ਲੋਕਾਂ ਨੂੰ, ਉਹਨਾਂ ਨੂੰ ਅਸੀਂ ਕੈਮਰੇ 'ਤੇ ਲੈ ਕੇ ਆਈਏ, ਤੁਹਾਨੂੰ ਸਪੈਸ਼ਲ ਸਾਡਾ ਮਕਸਦ ਇਹੀ ਆ। ਥੋੜ੍ਹਾ ਜਿਹਾ ਆਪਣੇ ਪਿਛੋਕੜ ਤੋਂ ਸ਼ੁਰੂ ਕਰਕੇ ਆਪਾਂ ਗੱਲਬਾਤ ਕਰੀਏ। ਬੇਸਿਕਲੀ ਮੈਂ ਮਾਨਸਾ ਸ਼ਹਿਰ ਨੂੰ ਬਿਲੋਂਗ ਕਰਦਾ ਜੀ। 45 ਸਾਲ ਦੀ ਉਮਰ ਤੱਕ ਮਾਨਸਾ ਸ਼ਹਿਰ ਦੇ ਵਿੱਚ ਰਿਹਾ ਜੀ। ਉੱਥੇ ਮੈਨੇ ਵੱਖੋ ਵੱਖਰੇ ਕੰਮ ਕੀਤੇ ਜੀ, ਜਿਵੇਂ ਕਿ ਮੈਨੇ ਟ੍ਰਿਬਿਊਨ ਦੇ ਵਿੱਚ ਐਜ਼ ਪ੍ਰੈਸ ਰਿਪੋਰਟਰ ਕੰਮ ਕੀਤਾ ਜੀ, ਇੰਡੀਅਨ ਐਕਸਪ੍ਰੈਸ ਦੇ ਵਿੱਚ ਐਜ਼ ਪ੍ਰੈਸ ਰਿਪੋਰਟਰ ਕੰਮ ਕੀਤਾ ਜੀ। ਇਸ ਤੋਂ ਇਲਾਵਾ ਉੱਥੇ ਇੱਕ ਸਕੂਲ, ਸਮਰਫੀਲਡ ਨਾਮ ਦਾ ਇੱਕ ਸਕੂਲ ਚੱਲਦਾ ਸੀ, ਮੈਂ ਉਹਦਾ ਪ੍ਰਿੰਸੀਪਲ ਵੀ ਸੀ ਅਤੇ ਉਹਦਾ ਮਾਲਕ ਵੀ ਸੀ ਸਕੂਲ ਦਾ ਜੀ। ਇਸ ਤੋਂ ਇਲਾਵਾ ਮੈਂ ਕੰਪੀਟੀਸ਼ਨ ਵਾਲੇ ਜਿਹੜੇ ਸਟੂਡੈਂਟਸ ਸੀਗੇ ਜੀ, PCS, IAS, ਉਹਨਾਂ ਨੂੰ ਕੰਪੀਟੀਸ਼ਨ ਲਈ ਪ੍ਰਪੇਅਰ ਕਰਦੇ ਕਰਵਾਉਂਦਾ ਸੀ, ਇਹ ਮੇਰਾ ਸ਼ੌਕ ਸੀਗਾ ਜੀ। ਅਤੇ ਕਾਫੀ ਲੋਕ ਇਸ 'ਚ ਕਾਮਯਾਬ ਵੀ ਹੋਏ ਜੀ ਇਹਦੇ ਵਿੱਚ। ਸੋ ਬੇਸਿਕਲੀ ਇਹ ਹੈ ਜੀ। ਮਾਨਸਾ ਤੋਂ ਤੁਸੀਂ ਦੱਸਿਆ ਪੱਤਰਕਾਰਿਤਾ ਸਫ਼ਰ ਸ਼ੁਰੂ ਕੀਤਾ, ਪੱਤਰਕਾਰਿਤਾ ਸਫ਼ਰ ਤਾਂ ਸਾਈਕਲ 'ਤੇ ਪੱਤਰਕਾਰ ਲਿਖ ਕੇ ਵੀ ਸ਼ੁਰੂ ਹੋ ਜਾਂਦਾ ਅਤੇ ਜਰਨਲਿਜ਼ਮ ਕਰਕੇ ਵੀ ਹੋ ਜਾਂਦਾ ਜੀ। ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੀ ਜਰਨਲਿਜ਼ਮ ਕੀਤੀ ਜੀ, ਅਤੇ ਉਸ ਯੂਨੀਵਰਸਿਟੀ ਦੇ ਅੰਦਰ ਸਭ ਤੋਂ ਜ਼ਿਆਦਾ ਮਾਰਕਸ ਪ੍ਰਾਪਤ ਕਰਕੇ ਮੈਂ ਜੀ ਜਿਹੜਾ ਸੀਗਾ ਜਰਨਲਿਜ਼ਮ ਕੀਤੀ। ਕਿਹੜੇ ਸਾਲ ਦੀ ਗੱਲ? That was in 1979, 1979 ਦੇ ਵਿੱਚ। ਉਸ ਟਾਈਮ ਤਾਂ ਜਰਨਲਿਜ਼ਮ ਕੋਈ ਕਰਦੇ ਨਹੀਂ ਸੀ ਪਿੰਡਾਂ ਦਾ ਬੰਦਾ,
ਬਿਲਕੁਲ ਉਧਰ ਕੋਈ ਜਾਂਦਾ ਹੀ ਨਹੀਂ ਸੀਗਾ ਆਪਣੇ ਇਲਾਕੇ ਦੇ ਖਾਸ ਕਰਕੇ ਜੀ। ਤੇ ਮੈਂ ਉੱਥੇ ਇੰਗਲਿਸ਼ ਦੀ ਜਰਨਲਿਜ਼ਮ ਕੀਤੀ ਸੀ ਉੱਥੇ, ਲੇਕਿਨ ਜਰਨਲਿਜ਼ਮ ਦੇ ਵਿੱਚ ਐਡਮਿਸ਼ਨ ਲੈਣ ਵਾਸਤੇ ਵੀ ਸਕਰੀਨਿੰਗ ਟੈਸਟ ਹੁੰਦਾ ਸੀਗਾ, ਤੇ ਉਹ ਟੈਸਟ ਵੀ ਮੈਂ ਟੌਪ ਕੀਤਾ, ਮਤਲਬ ਸਿਲੈਕਸ਼ਨ ਦੇ ਵਿੱਚ ਪਹਿਲੀ ਬੈਸਟ ਨਾਮ ਸੀ। ਖੂਬਸੂਰਤੀ ਇਹ ਸੀ ਕਿ ਮੈਨੂੰ ਉਸ ਤੋਂ ਬਾਅਦ ਖੁਸ਼ਵੰਤ ਸਿੰਘ, ਕੁਲਦੀਪ ਨਈਅਰ, ਉਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਜੀ। ਦੈਟ ਵਾਜ਼ ਓਨਲੀ ਬਿਕੋਜ਼ ਆਫ ਦ ਜਰਨਲਿਜ਼ਮ, ਤੇ ਉਹਨਾਂ ਤੋਂ ਮੈਂ ਕਾਫੀ ਪ੍ਰਭਾਵਿਤ ਹਾਂ ਜੀ। ਤੇ ਤੁਸੀਂ ਜਿੱਦਾਂ ਦੱਸਿਆ ਜਰਨਲਿਜ਼ਮ ਸ਼ੁਰੂ ਕੀਤਾ ਤੇ ਪਿੰਡਾਂ 'ਚੋਂ ਗਏ ਹੋਏ ਪਹਿਲੇ ਸਟੂਡੈਂਟ ਸੀਗੇ, ਤਾਂ ਉੱਥੇ ਤਕਰੀਬਨ ਸ਼ਹਿਰੀ ਬੱਚੇ ਬੜੇ ਤੇ ਇਤਰਾਰ, ਉਦੋਂ ਇੰਗਲਿਸ਼ ਦਾ ਵੀ ਬੜਾ ਉਹਨਾਂ ਦਾ ਗਲਬਾ ਸੀ, ਤੁਸੀਂ ਇੱਕ ਪਿੰਡ 'ਚ ਉੱਠ ਕੇ ਗਏ। ਹਾਂ, ਸਾਡੇ ਜੋ ਜਰਨਲਿਜ਼ਮ ਦੇ ਵਿੱਚ ਸਟੂਡੈਂਟ ਸੀਗੇ 15 ਸੀਟਾਂ ਸੀ ਸਾਡੇ ਜੀ, ਤੇ ਮੈਨੂੰ ਉਹ ਦੇਸੀ ਕਹਿ ਕੇ ਬੁਲਾਉਂਦੇ ਹੁੰਦੇ ਸੀਗੇ। ਅੱਛਾ, ਮਤਲਬ ਉਹਨਾਂ ਨੇ ਮੇਰਾ ਨਾਮ ਰੱਖਿਆ ਹੋਇਆ ਸੀ। ਜਦੋਂ ਗੱਲ ਹੁੰਦੀ ਸੀ ਸਾਡੇ ਕਲਾਸ ਦੀਆਂ ਜਿਹੜੀਆਂ ਲੜਕੀਆਂ ਸੀਗੀਆਂ ਜੀ, ਉਹ ਕਾਫੀ ਐਜੂਕੇਟਡ ਫੈਮਿਲੀਜ਼ ਨਾਲ ਤੇ ਵਧੀਆ ਸ਼ਹਿਰਾਂ ਨਾਲ ਸੰਬੰਧਿਤ ਸੀਗੀਆਂ ਜੀ। ਦੇਸੀ ਦਾ ਮਤਲਬ ਉਹ ਪਿਆਰ ਨਾਲ ਕਹਿੰਦੇ ਸੀ ਜੀ, ਇਹ ਨਹੀਂ ਸੀ ਕਿ ਉਹ ਦੇਸੀ ਸਮਝਦੇ ਸੀ ਜੀ, ਸਿਰਫ ਇਸ ਕਰਕੇ ਵੀ ਉਹ ਮਾਨਸਾ ਸ਼ਹਿਰ ਨੂੰ ਬਿਲੋਂਗ ਕਰਦੇ ਸੀ, ਤੇ ਉਹ ਸਮਝਦੇ ਸੀ ਕਿ ਮਾਨਸਾ ਇੱਕ ਬੈਕਵਰਡ ਸ਼ਹਿਰ ਹੈ ਜੀ। ਲੇਕਿਨ ਇੱਥੇ ਮੈਂ ਗੱਲ ਦੱਸਣਾ ਚਾਹਾਂਗਾ, ਮਾਨਸਾ ਐਜੂਕੇਸ਼ਨਲੀ ਜ਼ਰੂਰ ਬੈਕਵਰਡ ਹੈ, ਤੇ ਲੇਕਿਨ ਮਾਨਸਾ ਦੀਆਂ ਲੜਕੀਆਂ ਬਹੁਤ ਜ਼ਿਆਦਾ ਪੜ੍ਹੀਆਂ ਲਿਖੀਆਂ ਨੇ, ਇਹ ਇੱਕ ਆਪਣੇ ਆਪ 'ਚ ਕੰਟਰਡਿਕਸ਼ਨ ਹੈ ਜੀ ਜੀ। ਜੇ ਤੁਸੀਂ ਦੇਖੋਗੇ ਕਿ ਮਾਨਸਾ ਦੇ ਅੱਜ ਕੱਲ੍ਹ ਸਟੂਡੈਂਟਸ ਵੀ ਬਹੁਤ ਉੱਚੀਆਂ ਉੱਚੀਆਂ ਅਹੁਦਿਆਂ ਤੇ ਪਹੁੰਚੇ ਹੋਏ ਨੇ ਜੀ, ਸੋ ਐਜੂਕੇਸ਼ਨ ਦੇ ਵਿੱਚ ਮਾਨਸਾ ਹੁਣ ਬੈਕਵਰਡ ਨਹੀਂ ਹੈ ਜੀ ਜੀ। ਸੋ ਉਹੀ ਗੱਲ ਤੁਸੀਂ ਇੱਕ ਬੜਾ ਪੁਆਇੰਟ 'ਚੋਂ ਪੁਆਇੰਟ ਨਿਕਲਿਆ ਵੀ ਮਾਨਸਾ ਦੀਆਂ ਕੁੜੀਆਂ ਬਹੁਤ ਪੜ੍ਹੀਆਂ ਲਿਖੀਆਂ, ਤੇ ਮੇਰਾ ਇਹ ਮੰਨਣਾ ਵੀ ਜਿੱਥੋਂ ਦੀ ਧੀ ਪੜ੍ਹ ਗਈ, ਜਿੱਥੋਂ ਦੀ ਕੁੜੀ ਪੜ੍ਹ ਗਈ, ਉਸ ਵੇਲੇ ਵੀ ਤੁਸੀਂ ਬੈਕਵਰਡ ਨਹੀਂ ਹੈ। ਉਹਦਾ ਇੱਕ ਰੀਜ਼ਨ ਵੀ ਹੈ ਮਾਨਸਾ ਦੀ ਲੜਕੀਆਂ ਪੜ੍ਹਨ ਦਾ ਜੀ, ਉਹਦਾ ਇੱਕ ਰੀਜ਼ਨ ਇਹ ਹੈ ਕਿ ਉੱਥੇ ਜ਼ਿਆਦਾਤਰ ਵਪਾਰੀ ਤਬਕਾ ਰਹਿੰਦਾ ਹੈਗਾ, ਉਹ ਚਾਹੁੰਦੇ ਨੇ ਕਿ ਵੀ ਸਾਡੇ ਜਿਹੜੀਆਂ ਲੜਕੀਆਂ ਨੇ ਉਹ ਚੰਗੇ ਅਫਸਰਾਂ ਨਾਲ ਉਹਨਾਂ ਦੀ ਸ਼ਾਦੀ ਹੋਵੇ ਜੀ, ਇਸ ਕਰਕੇ ਉਹਨੂੰ ਪੜ੍ਹਾਉਂਦੇ ਨੇ। ਮੁੰਡਿਆਂ ਨੂੰ ਇਸ ਕਰਕੇ ਨਹੀਂ ਪੜ੍ਹਾਉਂਦੇ, ਉਹ ਕਹਿੰਦੇ ਜਾਂ ਤਾਂ ਆਪਣੇ ਕਾਰੋਬਾਰ 'ਚ ਪੜ੍ਹੋ ਜੀ, ਆਰਥ ਦਾ ਕੰਮ, ਆਰਥ ਦਾ ਜੋ ਵੀ ਟ੍ਰੈਡੀਸ਼ਨਲ ਕਾਰੋਬਾਰ ਨੇ, ਇਸ ਕਰਕੇ ਲੜਕੇ ਘੱਟ ਪੜ੍ਹੇ ਲਿਖੇ ਨੇ ਜੀ। ਹਾਂ, ਹੁਣ ਕੁਛ ਬਦਲ ਰਿਹਾ ਸਿਸਟਮ, ਪਰ ਉਦੋਂ ਇਹ ਚੀਜ਼ ਸੀਗੀ ਜੀ ਜੀ ਜੀ, ਇਸ ਕਰਕੇ ਲੜਕੇ ਜ਼ਿਆਦਾ ਪੜ੍ਹਦੇ ਸੀ। ਸੋ ਸ਼ੁਰੂਆਤੀ ਦੌਰ ਤੁਹਾਨੂੰ ਚੈਲੰਜ ਆਏ ਜਦੋਂ ਤੁਸੀਂ ਜਰਨਲਿਜ਼ਮ ਕੀਤਾ, ਤੇ ਉਹ ਇੰਗਲਿਸ਼ ਨਾਲ ਜਿਹੜਾ ਮੈਂ ਤੁਹਾਡਾ ਮੋਹ ਦੇਖਿਆ ਜਾਂ ਮਾਂ ਵਾਸਤਾ ਦੇਖਿਆ, ਤੁਸੀਂ ਪੰਜਾਬ 'ਚ ਜੰਮੇ, ਪੰਜਾਬੀ ਮਾਂ ਬੋਲੀ ਬੜੀ ਪਿਆਰੀ ਬੋਲਦੇ ਹੋ ਸਾਰਾ ਕੁਛ, ਪਰ ਇੱਕ ਇੰਗਲਿਸ਼ ਨਾਲ ਇੱਕ ਤੁਹਾਡਾ ਵੱਖਰਾ ਰਿਸ਼ਤਾ ਬਣਿਆ ਹੋਇਆ, ਇੰਨਾ ਮੋਹ ਇੰਗਲਿਸ਼ ਨਾਲ ਕਿਉਂ ਪਿਆ? ਜਿੱਥੇ ਤੱਕ ਮੋਹ ਦੀ ਗੱਲ ਹੈ, ਮੋਹ ਤਾਂ ਮੈਨੂੰ ਜ਼ਿਆਦਾ ਪੰਜਾਬੀ ਨਾਲ ਹੈ ਜੀ, ਬਹੁਤ ਜ਼ਿਆਦਾ। ਤੁਸੀਂ ਮੈਨੂੰ ਕਦੇ ਅੰਗਰੇਜ਼ੀ ਬੋਲਦੇ ਨੂੰ ਦੇਖੋਗੇ? ਬਿਲਕੁਲ, ਮੈਂ ਕਦੇ ਵੀ ਜੇ ਮੈਂ ਬਾਹਰਲੇ ਦੇਸ਼ 'ਚ ਜਾਂਦਾ ਜੀ, ਮੰਨ ਲਓ ਅਮੈਰੀਕਾ ਜਾਂਦਾ, ਯੂਕੇ ਜਾਂਦਾ, ਉੱਥੇ ਅੰਗਰੇਜ਼ੀ ਬੋਲਣੀ ਪੈਂਦੀ ਹੈ ਪੈਂਦੀ, ਲੇਕਿਨ ਮੈਂ ਬਾਈ ਚੋਇਸ ਕਦੇ ਇੰਗਲਿਸ਼ ਨਹੀਂ ਬੋਲਦਾ ਜੀ, ਮੈਂ ਹਮੇਸ਼ਾ ਜਿੱਥੇ ਵੀ ਕਿਤੇ ਜਾਂਦਾ ਪੰਜਾਬੀ 'ਚ ਜੀ ਗੱਲ ਕਰਦਾ। ਹਾਂ, ਲੇਕਿਨ ਇੰਗਲਿਸ਼ ਨਾਲ ਮੈਨੂੰ ਲਗਾਵ ਹੈ ਇੱਕ ਸਬਜੈਕਟ ਦੇ ਤੌਰ 'ਤੇ, ਇੱਕ ਵਿਸ਼ੇ ਦੇ ਤੌਰ 'ਤੇ, ਅਤੇ ਕਿਉਂਕਿ ਮੈਂ ਇੱਕ ਇੰਗਲਿਸ਼ ਦਾ ਟੀਚਰ ਹਾਂ, ਇਸ ਕਰਕੇ ਜੇ ਤੁਹਾਨੂੰ ਉਹਦੇ ਨਾਲ ਲਗਾਵ ਨਹੀਂ ਹੋਏਗਾ, ਪਿਆਰ ਨਹੀਂ ਹੋਏਗਾ, ਤਾਂ ਤੁਸੀਂ ਉਹਨੂੰ ਵਧੀਆ ਪੜ੍ਹਾ ਵੀ ਨਹੀਂ ਸਕਦੇ ਜੀ। ਤੋ ਇਸ ਕਰਕੇ ਮੈਂ ਕਈ ਗੱਲਾਂ ਇਹੋ ਜਿਹੀਆਂ ਮਤਲਬ ਸ਼ੁਰੂ ਤੋਂ ਕੀਤੀਆਂ ਤਾਂ ਕਿ ਬੱਚਿਆਂ ਦੇ ਵਿੱਚ ਇੰਗਲਿਸ਼ ਸਿੱਖਣ ਦਾ ਰੁਝਾਨ ਬਣੇ। ਫੋਰ ਐਗਜ਼ਾਮਪਲ, ਉਹਨਾਂ ਦਿਨਾਂ 'ਚ ਬੱਚਿਆਂ ਨੂੰ ਟੈਂਸ ਬੜੇ ਔਖੇ ਲੱਗਦੇ ਹੁੰਦੇ ਸੀਗੇ, ਅਤੇ ਮੈਂ ਟੈਂਸਾਂ ਦੀ, ਇਹ ਬਹੁਤ ਪੁਰਾਣੀ ਗੱਲ ਹੈ, ਸਮਝ ਲਓ 77-78 ਦੀ, 1977 ਦੇ ਵਿੱਚ ਟੈਂਸਾਂ ਦੀ ਕੈਸੇਟ ਕੱਢੀ, ਅਤੇ ਉਹਨਾਂ ਦਿਨਾਂ 'ਚ ਸੀਡੀਆਂ ਵਗੈਰਾ ਇੱਕ ਹੁੰਦੀਆਂ ਨਹੀਂ ਸੀਗੀਆਂ ਉੱਚੀਆਂ ਸੀ, ਤਾਂ ਉਹ ਕੈਸੇਟ ਕਰਕੇ ਸਾਰੇ ਪੰਜਾਬ 'ਚ ਭੇਜੀਆਂ, ਜਿਹੜੀਆਂ ਬਹੁਤ ਪਸੰਦ ਕੀਤੀਆਂ ਗਈਆਂ ਉਹ ਕੈਸਟਾਂ, ਅਤੇ ਇੱਕ ਟੈਂਸਾਂ ਨੂੰ ਨਵੇਂ ਢੰਗ ਨਾਲ ਪੜ੍ਹਾਇਆ, ਈਜ਼ੀ ਤਰੀਕੇ ਨਾਲ, ਈਜ਼ੀ ਤਰੀਕੇ ਨਾਲ ਵੀ ਥੋੜ੍ਹਾ ਮੈਥਡ ਵੀ ਚੇਂਜ ਕੀਤਾ ਜੀ। ਬਰਾੜ ਸਾਹਿਬ ਕੀ ਹੁੰਦਾ ਹੈਗਾ ਕਿ ਜਦੋਂ ਅਸੀਂ ਕਿਸੇ ਤੋਂ ਟੈਂਸ ਸਿਖਾਉਣਾ, ਕੋਈ ਅਧਿਆਪਕ ਸਿਖਾਉਂਦੇ ਨੇ, ਆਮ ਤੌਰ 'ਤੇ ਇੱਕ ਰਵਾਇਤ ਇਹ ਹੈ
ਕਿ ਜਦੋਂ ਵੀ ਬੱਚੇ ਨੂੰ ਸਿਖਾਇਆ ਜਾਂਦਾ ਹੈ ਉਹਨੂੰ ਪ੍ਰੈਜ਼ੈਂਟ ਇੰਡੈਫੀਨਿਟ ਤੋਂ ਸ਼ੁਰੂ ਕੀਤਾ ਜਾਂਦਾ ਹੈ, ਉੱਥੇ ਸ਼ੁਰੂ ਕੀਤਾ ਜਾਂਦਾ ਹੈ, ਫਿਰ ਇਸ ਤਰ੍ਹਾਂ ਚੱਲਦਾ ਹੈ। ਲੇਕਿਨ ਮੈਂ ਕਦੇ ਵੀ ਪ੍ਰੈਜ਼ੈਂਟ ਇੰਡੈਫੀਨਿਟ ਤੋਂ ਸ਼ੁਰੂ ਨਹੀਂ ਕਰਦਾ ਜੀ। ਜਦੋਂ ਬੱਚਿਆਂ ਨੂੰ ਸਿਖਾਉਂਦਾ ਸਿਰਫ ਪ੍ਰੈਜ਼ੈਂਟ ਕੰਟੀਨਿਊਸ ਤੋਂ ਸ਼ੁਰੂ ਕਰਦੇ ਆ, ਉਹਦਾ ਇੱਕ ਕਾਰਨ ਹੈ। ਆਮ ਤੌਰ 'ਤੇ ਪ੍ਰੈਜ਼ੈਂਟ ਇੰਡੈਫੀਨਿਟ ਸਭ ਤੋਂ ਔਖਾ ਟੈਂਸ ਹੈ। ਅੱਛਾ, ਜਦੋਂ ਬੱਚੇ ਨੂੰ ਪੜ੍ਹਾਉਣਾ ਸ਼ੁਰੂ ਕਰਦੇ ਆ ਤਾਂ ਬੱਚੇ ਨੂੰ ਐਂ ਲੱਗਦਾ ਜੇ ਪਹਿਲਾ ਟੈਂਸ ਹੀ ਅਡੋਪ ਹੈਗਾ, ਬਾਕੀ 11 ਪਤਾ ਨਹੀਂ ਕਿਹੋ ਜਿਹੇ ਹੋਣਗੇ, ਠੀਕ ਹੈ ਨਾ। ਤੁਸੀਂ ਉਹਨੂੰ ਕੰਟੀਨਿਊਸ ਸਿਖਾਓ ਜਿਹੜਾ ਸਭ ਤੋਂ ਸੌਖਾ ਹੈ ਜੀ। ਤਿੰਨ ਕੰਟੀਨਿਊਸ ਸਿਖਾ ਦਿਓ, ਤਿੰਨ ਹੋ ਗਏ, ਇੱਕੋ ਦਿਨ 'ਚ ਸਿਖਾ ਸਕਦੇ ਹੋ, ਤਾਂ ਬੱਚੇ ਦੇ ਅੰਦਰ ਇੱਕ ਕੰਫੀਡੈਂਸ ਆ ਜਾਂਦਾ, ਇਹ ਤਾਂ ਤਿੰਨ ਤਾਂ ਮੈਂ ਸਿੱਖੀ ਗਿਆ, ਕੁਛ ਵੀ ਚੀਜ਼ ਤਿੰਨ ਤਾਂ ਮੈਂ ਸਿੱਖੀ ਗਿਆ। ਸੋ ਇਸ ਤਰ੍ਹਾਂ ਦੇ ਨਾਲ ਮਤਲਬ ਜਿਹੜਾ ਬੱਚੇ ਦੇ ਵਿੱਚ ਤੁਸੀਂ ਇੱਕ ਇੰਟਰਸਟ ਪੈਦਾ ਜੀ ਕਰ ਸਕਦੇ ਹੋ ਜੀ ਜੀ। ਸੋ ਇਹ ਹੈ। ਸੋ ਬਹੁਤ ਵਧੀਆ ਜੀ, ਅਤੇ ਮੈਂ ਤੁਹਾਡੇ ਬਾਰੇ ਜਿੰਨਾ ਕੁ ਜਾਣਦਾ, ਜਿੰਨਾ ਕੁ ਮੈਂ ਪੜ੍ਹਿਆ, ਤੁਸੀਂ ਵਿਲੇਖਣ ਦੀਆਂ ਗੱਲਾਂ ਕੀਤੀਆਂ, ਖਾਸ ਕਰਕੇ ਮੈਂ ਦੋ ਕੁ ਚਰਚਾਵਾਂ ਇੱਥੇ ਜ਼ਰੂਰ ਕਰਨੀਆਂ ਚਾਹਾਂਗਾ। ਇੱਕ ਤਾਂ ਜਿਹੜੀ ਡਿਕਸ਼ਨਰੀ ਨਾਲ ਤੁਹਾਡਾ ਪਿਆ, ਅਤੇ ਉਹਦੇ 'ਚ ਬੜੀ ਅਜੀਬ ਜਿਹੀਆਂ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ, ਥੋੜ੍ਹੀ ਜਿਹੀ ਹੋਰ ਤੁਸੀਂ ਉਹਨੂੰ ਐਕਸਪਲੇਨ ਕਰਿਓ ਵੀ ਤੁਸੀਂ ਮੇਲਿਆਂ 'ਚ ਜਾ ਕੇ ਵੀ ਡਿਕਸ਼ਨਰੀ ਦੇ ਵਿੱਚੋਂ ਲੋਕਾਂ ਨੂੰ ਚੈਲੇਂਜ ਕਰਦੇ ਸੀ, ਇਹਦੇ ਤੋਂ ਪੁੱਛੋ ਮੈਥੋਂ ਕੀ ਪੁੱਛਣਾ। ਜਿਹੜੀ ਗੱਲ ਮੈਂ ਦੱਸਣ ਜਾ ਰਿਹਾ, ਵੈਸੇ ਇਹ ਕੋਈ ਵਧੀਆ ਗੱਲ ਨਹੀਂ ਹੈ ਜੀ। ਮੈਂ ਚਾਹੂੰਗਾ, ਮੈਂ ਖਾਸ ਕਰਕੇ ਦੱਸਣਾ ਚਾਹਾਂਗਾ, ਜਿਵੇਂ ਕਈ ਵਾਰੀ ਨਾ ਕੋਈ ਐਡਵੈਂਚਰਸ ਕਰਦੇ ਨੇ ਤਾਂ ਉਹ ਹਰੇਕ ਬੰਦੇ ਨੂੰ ਨਹੀਂ ਕਰਨਾ ਚਾਹੀਦਾ। ਬਿਲਕੁਲ ਠੀਕ ਹੈ। ਜਿਵੇਂ ਡਿਕਸ਼ਨਰੀ ਨੂੰ ਯਾਦ ਕਰਨਾ ਮੈਨੂੰ ਵਧੀਆ ਗੱਲ ਨਹੀਂ ਮੰਨਦਾ ਜੀ ਜੀ। ਬਿਲਕੁਲ। ਅਤੇ ਮੈਂ ਇਸ ਕਰਕੇ ਪਹਿਲੀ ਕੁਐਸਚਨ ਕਰ ਰਿਹਾ ਕਿ ਸਟੂਡੈਂਟਸ ਨੂੰ ਡਿਕਸ਼ਨਰੀ ਕਦੇ ਵੀ ਯਾਦ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਵਧੀਆ ਨਹੀਂ ਕਰਨੀ ਨਹੀਂ ਚਾਹੀਦੀ, ਕਿਉਂਕਿ ਉਹ ਵਧੀਆ ਚੀਜ਼ ਨਹੀਂ ਹੈ। ਡਿਕਸ਼ਨਰੀ ਯਾਦ ਕਰਨ ਦੇ ਨਾਲ ਮਤਲਬ ਅਸੀਂ ਇੰਗਲਿਸ਼ ਨਹੀਂ ਸਿੱਖ ਸਕਦੇ, ਇੰਗਲਿਸ਼ ਸਿੱਖ ਸਕਦੇ ਜਦੋਂ ਅਸੀਂ ਪ੍ਰੈਕਟੀਕਲੀ ਜਿਹੜੇ ਸ਼ਬਦ ਸਿੱਖਦੇ ਹਾਂ ਜੀ ਜੀ। ਠੀਕ ਹੈ, ਤਾਂ ਉਹ ਡਿਕਸ਼ਨ ਸਾਨੂੰ ਪੜ੍ਹਨੇ ਚਾਹੀਦੇ ਨੇ, ਫਿਰ ਡਿਕਸ਼ਨਰੀ ਕੰਸਲਟ ਕਰਨੀ ਚਾਹੀਦੀ ਹੈ। ਪਰ ਕਿਉਂਕਿ ਉਹ ਮੇਰਾ ਸ਼ੌਕ ਸੀਗਾ, ਠੀਕ ਹੈ, ਉਹ ਮੇਰਾ ਸ਼ੌਕ ਸੀਗਾ, ਤਾਂ ਉਹਦੇ ਵਿੱਚ ਕੀ ਸੀਗਾ ਕਿ ਦੋ ਚੀਜ਼ਾਂ ਹੁੰਦੀਆਂ ਸੀ। ਮੈਂ ਉਹਨਾਂ ਨੂੰ ਇਹ ਕਹਿਣਾ ਹੁੰਦਾ ਸੀਗਾ ਕਿ ਤੁਸੀਂ ਜਿਹੜਾ ਮਰਜ਼ੀ ਸ਼ਬਦ ਪੁੱਛੋ, ਹਾਂ, ਤਾਂ ਉਹਦੇ ਇੱਕ ਸ਼ਰਤ ਇਹ ਹੁੰਦੀ ਸੀ ਵੀ ਮੈਂ ਇੱਕ ਸ਼ਬਦ ਦੇ ਮੰਨ ਲਓ 20 ਮੀਨਿੰਗ ਹੈ, ਹਾਂ, ਮੈਂ ਤੁਹਾਨੂੰ ਉਹ ਵੀ ਕਰਾ ਸਕਦਾ। ਠੀਕ ਹੈ ਜੀ, ਰਾਈਟ, ਠੀਕ ਹੈ। ਅਤੇ ਸੋ ਇਸ ਤਰ੍ਹਾਂ ਦੇ ਨਾਲ, ਅਤੇ ਉਹਦੀ ਇਹ ਸੀਗੀ ਉਹਨਾਂ ਦਿਨਾਂ ਦੇ ਵਿੱਚ 5 ਰੁਪਏ ਫੀਸ ਹੁੰਦੀ ਸੀ ਪੁੱਛਣ ਦੀ, ਪੁੱਛਣ ਦੀ, ਹਾਂਜੀ। ਤੇ ਜੇ ਮੈਂ ਇਹਨਾਂ ਨੂੰ ਦੱਸ ਸਕਿਆ ਤਾਂ ਮੈਂ 100 ਰੁਪਇਆ ਦਿੰਦੇ ਸੀ, ਦੁਬਾਰਾ ਨਹੀਂ ਦੇਣ ਦੀ ਲੋੜ ਨਹੀਂ ਪਈ, ਮਤਲਬ ਕਹਿੰਦਾ ਸੀਗਾ ਵੀ ਮੈਂ ਦੇਊਂਗਾ ਜੀ ਜੀ, ਪਰ ਦੇਣ ਦੀ ਕਦੇ ਲੋੜ ਨਹੀਂ ਪਈ। ਸੋ ਵੱਡੀ ਗੱਲ ਆ ਜੀ, ਜਿਹੜੀ ਡਿਕਸ਼ਨਰੀ ਦੇ ਵਿੱਚੋਂ ਖੁੱਲਾ ਚੈਲੰਜ ਕਰਨਾ ਵੀ ਤੁਸੀਂ ਪੁੱਛੋ ਤੇ ਮੈਂ ਤੁਹਾਨੂੰ ਜ਼ਰੂਰ ਉਹਦਾ ਕੋਈ ਨਾ ਕੋਈ ਆਨਸਰ ਦੇਵਾਂਗਾ, ਜੇ ਗਲਤ ਹੋਇਆ ਤਾਂ ਤੁਸੀਂ 100 ਜਿੱਤ ਗਏ ਤੇ ਨਹੀਂ ਮੈਂ 5 ਜਿੱਤ ਗਿਆ, ਚੰਗੇ ਪੈਸੇ ਬਣ ਜਾਂਦੇ ਸੀ ਮੇਰੇ। ਉਹ ਉਹਨਾਂ ਦੇ ਲਾ ਦਿੰਦੇ ਸੀਗੇ, ਜਿਹੜਾ ਇੱਕ ਸ਼ੌਕ ਸੀਗਾ, ਸ਼ੌਕ ਸੀ, ਉਹ ਇੱਕ ਸ਼ੌਕ ਸੀ ਉਹਨਾਂ ਦਿਨਾਂ 'ਚ ਸੀਗਾ, ਕਿਉਂਕਿ ਹਰ ਚੀਜ਼ ਯਾਦ ਕਰਨ ਦੀ ਇੱਕ ਉਮਰ ਹੁੰਦੀ ਹੈ ਨਾ। ਬਿਲਕੁਲ। ਤੇ ਉਹਨਾਂ ਦਿਨਾਂ ਦੇ ਵਿੱਚ ਮੈਂ ਇੱਕ ਮੈਗਜ਼ੀਨ ਕੱਢਦਾ ਹੁੰਦਾ ਸੀਗਾ, ਕੰਪੀਟੀਸ਼ਨ ਕੰਪੇਨੀਅਨ, ਅੱਛਾ ਜੀ, ਦਿੱਲੀ ਤੋਂ ਛਪਦਾ ਸੀ, ਬਹੁਤ ਜ਼ਿਆਦਾ ਵਿਕਦਾ ਸੀ ਸਾਰੇ ਇੰਡੀਆ ਦੇ ਵਿੱਚ ਜੀ, ਉਹਦੀ ਸੇਲ ਸੀ, ਈਵਨ ਸਾਊਥ ਦੇ ਵਿੱਚ ਵੀ ਬਹੁਤ ਵਿਕਦਾ ਸੀਗਾ ਜੀ। ਉਹਦਾ ਨਾਮ ਸੀ ਕੰਪੀਟੀਸ਼ਨ ਕੰਪੇਨੀਅਨ। ਉਹਨਾਂ ਦਿਨਾਂ ਦੇ ਵਿੱਚ 3-4 ਮੈਗਜ਼ੀਨ ਹੀ ਚੱਲਦੇ ਹੁੰਦੇ ਸੀਗੇ ਕੰਪੀਟੀਸ਼ਨ ਦੇ, ਜਿਵੇਂ ਕੰਪੀਟੀਸ਼ਨ ਸਕਸੈਸਰ ਵਿਊ, ਕੰਪੀਟੀਸ਼ਨ ਮਾਸਟਰ, ਠੀਕ ਹੈ, ਤੇ ਇਸ ਤਰ੍ਹਾਂ ਨਾਲ ਕੰਪੀਟੀਸ਼ਨ ਕੰਪੇਨੀਅਨ। ਤਾਂ ਕਿਉਂਕਿ ਮੈਂ ਮੈਗਜ਼ੀਨ ਕੱਢਦਾ ਸੀਗਾ, ਮੰਥਲੀ ਮੈਗਜ਼ੀਨ ਹੁੰਦਾ ਸੀ ਉਹ ਜੀ, ਇਸ ਕਰਕੇ ਮੈਨੂੰ ਇੰਗਲਿਸ਼ ਦੇ ਵਿੱਚ ਸ਼ੌਕ ਵੀ ਸੀਗਾ, ਜੀਕੇ ਦਾ ਵੀ ਬਹੁਤ ਸ਼ੌਕ ਸੀਗਾ। ਸੋ ਇਸ ਕਰਕੇ ਨਾ ਤੋਂ ਪਤਾ ਲੱਗਦਾ ਤੁਹਾਡੀ ਮੈਗਜ਼ੀਨ ਦੇ ਤੋਂ ਵੀ ਉਹ ਇੱਕ ਜਨਰਲ ਨੌਲੇਜ ਦੇ ਨਾਲ ਨਾਲ ਜਿਹੜੀ ਕਿਸੇ ਕੰਪੀਟੀਸ਼ਨ ਲਈ ਕਿਸੇ ਨੂੰ ਪ੍ਰਪੇਅਰ ਕਰਨ ਲਈ, ਹਾਂਜੀ, ਉਹ ਸਿਰਫ ਕੰਪੀਟੀਸ਼ਨ ਵਾਸਤੇ ਸੀਗੇ ਉਹ ਮੈਗਜ਼ੀਨ ਜੀ ਜੀ। ਸੋ ਉਹ ਮੈਨੂੰ ਲੱਗਦਾ ਉਹਨਾਂ ਲੋਕਾਂ ਲਈ ਬੜਾ ਸਹਾਇਕ ਹੋਊਗਾ ਜਿਹੜੇ ਵੱਡੇ ਵੱਡੇ ਜੀ ਜੋਬਸ ਲਈ ਕਰਦੇ ਸਨ। ਸੋ ਤੁਸੀਂ ਮੀਡੀਆ ਨਾਲ ਜਰਨਲਿਜ਼ਮ ਹੋਣ ਕਰਕੇ ਜੁੜਨਾ ਹੀ ਸੀ, ਤੁਸੀਂ ਬਹੁਤ ਸਾਰੇ ਵੱਖਰੇ ਵੱਖਰੇ ਕਿਸਮ ਦੇ ਅਖਬਾਰ ਕੱਢਦੇ ਵੀ ਰਹੇ, ਪਰ ਮੈਨੂੰ ਇੱਕ ਗੱਲ ਦਾ ਪਤਾ ਲੱਗਿਆ ਵੀ ਤੁਹਾਨੂੰ ਅਖਬਾਰ ਪੜ੍ਹਨ ਦਾ ਸ਼ੌਕ ਸੀ, ਤੇ ਅਖਬਾਰ ਕਹਿੰਦੇ ਮੈਨੂੰ ਤਾਂ ਇਹ ਪਤਾ ਲੱਗਿਆ ਵੀ ਕਈ ਅਖਬਾਰ ਮਹੀਨੇ ਬਾਅਦ ਵੀ ਤੁਹਾਡੇ ਕੋਲ ਪਹੁੰਚਦੇ ਸੀ, ਪਰ ਕਿਤੋਂ ਦਾ ਵੀ ਲੈ ਲੈਂਦੇ। ਮੈਨੂੰ ਮੇਰੇ ਕੋਲ 25 ਅਖਬਾਰ ਆਉਂਦੇ ਹੁੰਦੇ ਸੀਗੇ ਜਦੋਂ ਮਾਨਸਾ ਵਿੱਚ ਸੀਗਾ ਜੀ, ਤੇ ਇੰਗਲਿਸ਼ ਦੇ ਸਾਰੇ ਜੀ ਅਖਬਾਰ,
ਸਾਡੇ ਪ੍ਰਿੰਸੀਪਲ ਹੁੰਦੇ ਸੀਗੇ ਬੀ ਪੀ ਮੋਹਨ, ਅੱਜ ਕੱਲ੍ਹ ਉਹਨਾਂ ਦੀ ਡੈਥ ਹੋ ਚੁੱਕੀ, ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ, ਬਹੁਤ ਮਿਹਨਤ ਕਰਦੇ ਸੀ ਉਹ ਜੀ, ਨਹਿਰੂ ਕਾਲਜ ਦੇ ਪ੍ਰਿੰਸੀਪਲ ਸੀਗੇ ਜੀ। ਉਹਨਾਂ ਦਿਨਾਂ ਵਿੱਚ ਮੈਂ ਬੀ ਕੌਮ ਦੇ ਵਿੱਚ ਯੂਨੀਵਰਸਿਟੀ ਟੌਪ ਕੀਤੀ ਸੀਗੀ ਜੀ, ਅਤੇ ਨਹਿਰੂ ਕਾਲਜ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਯੂਨੀਵਰਸਿਟੀ ਟੌਪ ਕਰਨਾ ਇੱਕ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀਗੀ, ਕਿ ਮਤਲਬ ਐਂ ਸਮਝਿਆ ਜਾਂਦਾ ਸੀਗਾ ਵੀ। ਮੈਂ ਤੁਹਾਨੂੰ ਇੱਥੇ ਇੰਟਰਸਟਿੰਗ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਅਖਬਾਰ ਦੇ ਵਿੱਚ ਆਇਆ, ਉਹਨਾਂ ਦਿਨਾਂ 'ਚ ਅਖਬਾਰ ਦੇ ਵਿੱਚ ਮੈਰਿਟ ਲਿਸਟ ਛਪ ਜਾਂਦੀ ਸੀਗੀ, ਤਾਂ ਮੈਰਿਟ ਲਿਸਟ ਛਪੀ, ਉਹਦੇ ਵਿੱਚ ਮੇਰੀ ਫੋਟੋ ਸੀ ਅਤੇ ਟੌਪਰ ਦੇ ਵਿੱਚ ਨਾਮ ਸੀਗਾ ਜੀ। ਤਾਂ ਸਾਡੇ ਪ੍ਰਿੰਸੀਪਲ ਸਾਹਿਬ ਨੂੰ ਇਹ ਯਕੀਨ ਨਹੀਂ ਹੋਇਆ ਕਿ ਸਾਡੇ ਕਾਲਜ ਦਾ ਲੜਕਾ ਨੇ ਯੂਨੀਵਰਸਿਟੀ ਟੌਪ ਕੀਤਾ। ਉਹਨਾਂ ਯੂਨੀਵਰਸਿਟੀ 'ਚ ਫੋਨ ਕਰਕੇ ਪੁੱਛਿਆ ਵੀ ਕਿਹਨੇ ਟੌਪ ਕੀਤਾ, ਅਖਬਾਰ ਨੇ ਗੱਲ ਬਣ ਜਾ। ਤਾਂ ਉਹਨਾਂ ਨੇ ਦੱਸਿਆ ਵੀ ਤੁਹਾਡੇ ਹੀ ਕਾਲਜ ਦਾ ਲੜਕਾ ਹੈ ਅਤੇ ਉਹਨੇ ਇਹ ਯੂਨੀਵਰਸਿਟੀ ਟੌਪ ਕੀਤੀ ਹੈ। ਤਾਂ ਉਸ ਤੋਂ ਬਾਅਦ ਕੀ ਹੁੰਦਾ ਸੀ, ਅਸੀਂ ਬੱਸ 'ਤੇ ਰੋਜ਼ ਜਾਂਦੇ ਹੁੰਦੇ ਸੀ, ਕਾਲਜ ਦੀ ਬੱਸ ਸੀ, ਉਹ ਸਾਨੂੰ ਰੇਲਵੇ ਸਟੇਸ਼ਨ 'ਤੇ ਛੱਡਦੇ ਸੀ। ਅਤੇ ਇੱਕ ਦਿਨ ਪ੍ਰਿੰਸੀਪਲ ਸਾਹਿਬ ਨੇ ਮੈਨੂੰ ਮੇਰੇ ਕੋਲ ਬਿਠਾ ਲਿਆ ਜਦੋਂ ਵੀ ਇੱਥੇ ਆਇਆ ਜੀ, ਬੈਠੇ ਬੈਠੇ ਗੱਲਾਂ ਕਰਦੇ ਰਹੇ, ਮੈਨੂੰ ਕਹਿੰਦੇ ਵੀ ਤੇਰਾ ਕੀ ਸ਼ੌਕ ਹੈ, ਤੂੰ ਕਰਦਾ। ਮੈਂ ਕਿਹਾ ਜੀ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ, ਅਖਬਾਰ ਪੜ੍ਹਨ ਦਾ ਬਹੁਤ ਸ਼ੌਕ ਹੈ, ਮੇਰੇ ਕੋਲ 25 ਅਖਬਾਰ ਆਉਂਦੇ ਆ। ਮਤਲਬ ਉਹਨਾਂ ਨੂੰ ਲੱਗਿਆ ਵੀ, ਮੈਨੂੰ ਕਹਿੰਦੇ 25 ਅਖਬਾਰ ਕਿਹੜੇ ਕਿਹੜੇ ਆਉਂਦੇ, ਮੈਂ ਇੰਗਲਿਸ਼ ਦੇ, ਕਿਉਂਕਿ ਦੋ ਹੀ ਅਖਬਾਰ ਹੁੰਦੇ ਸੀਗੇ, ਇੱਕ ਟ੍ਰਿਬਿਊਨ ਅਤੇ ਇੱਕ ਇੰਡੀਆ ਐਕਸਪ੍ਰੈਸ। ਤਾਂ ਉਹਨਾਂ ਨੂੰ ਲੱਗਿਆ ਵੀ ਸ਼ਾਇਦ, ਮਤਲਬ ਉਹਨਾਂ ਨੂੰ ਗੱਲ ਥੋੜ੍ਹੀ ਜਿਹੀ ਨਹੀਂ ਲੱਗੀ ਮੈਂ ਜ਼ਿਆਦਾ ਕਹਿੰਦੇ, ਅਤੇ ਮੈਂ ਉਹਨਾਂ ਨੂੰ ਪ੍ਰਿੰਸੀਪਲ ਸਾਹਿਬ ਨੂੰ ਕਿਹਾ, ਮੈਂ ਕਿਹਾ ਵੀ ਤੁਸੀਂ ਪਲੀਜ਼ ਮੇਰੀ ਇੱਕ ਗੱਲ ਮੰਨ ਲਓ ਵੀ ਤੁਸੀਂ ਮੇਰੇ ਘਰ ਚਲੋ ਅਤੇ ਮੈਂ ਤੁਹਾਨੂੰ ਆਪਣੀ ਲਾਇਬ੍ਰੇਰੀ ਦਿਖਾਉਣਾ ਚਾਹੁੰਦਾ ਜੀ। ਉਹਨਾਂ ਨੇ ਥੋੜ੍ਹਾ ਟਾਲਾ ਵੱਟਣ ਦੀ ਕੋਸ਼ਿਸ਼ ਕੀਤੀ, ਚਲੋ ਅਸੀਂ ਬੱਸ ਤੋਂ ਉਤਰੇ। ਜਦੋਂ ਜਾਣ ਲੱਗੇ ਤਾਂ ਮੈਂ ਪ੍ਰਿੰਸੀਪਲ ਸਾਹਿਬ ਨੂੰ ਕਿਹਾ ਵੀ ਜੇ ਪਲੀਜ਼ ਤੁਸੀਂ ਆ ਸਕਦੇ ਤਾਂ ਉਹ, ਉਹ ਕਹਿੰਦਾ ਠੀਕ ਹੈ। ਉਹ ਮੇਰੇ ਨਾਲ ਗਏ ਆ, ਹੀ ਵਾਜ਼ ਸਰਪ੍ਰਾਈਜ਼ਡ ਕਿ ਸੱਚਮੁੱਚ ਹੀ ਇੰਨੇ ਅਖਬਾਰ ਆਉਂਦੇ ਨੇ। ਉਹ ਕਹਿੰਦਾ ਮੈਂ ਤਾਂ ਇਹ ਸੋਚਦਾ ਸੀਗਾ ਵੀ ਇੰਨੇ ਅਖਬਾਰ ਤਾਂ ਐਂ ਕਿਵੇਂ ਆਉਣਗੇ, ਮਾਰੀ ਬਾਈ ਪੋਸਟ ਆਉਂਦੇ ਨੇ ਜੀ, ਠੀਕ ਹੈ ਜੀ, ਸਾਊਥ ਤੋਂ ਵੀ ਆਉਂਦੇ ਨੇ, ਸਾਰੇ ਤਰ੍ਹਾਂ ਦੇ ਅਖਬਾਰ ਆਉਂਦੇ ਨੇ। ਤਾਂ ਮਤਲਬ ਉਹਨਾਂ ਨੂੰ ਬਹੁਤ ਜ਼ਿਆਦਾ ਹੈਰਾਨੀ ਹੋਈ ਵੀ ਇੰਨੇ ਅਖਬਾਰ ਜੀ, ਅਤੇ ਉਹ ਕਹਿੰਦੇ ਵੀ ਇਹਨਾਂ ਦਾ ਖਰਚਾ ਬਹੁਤ ਹੁੰਦਾ ਹੈਗਾ। ਮੈਂ ਕਿਹਾ ਇਸ ਮਸਲੇ 'ਚ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਦੇ ਨਹੀਂ ਰੋਕਿਆ, ਕਦੇ ਨਹੀਂ ਰੋਕਿਆ, ਅਤੇ ਇਸ ਕਰਕੇ ਮੇਰਾ ਇਹ ਜਿਹੜਾ ਸ਼ੌਕ ਸੀ ਉਹ ਪੂਰਾ ਹੁੰਦਾ ਸੀਗਾ। ਸੋ ਤੁਸੀਂ ਅਖਬਾਰ ਪੜ੍ਹਦੇ ਰਹੇ ਅਤੇ ਨਾਲ ਨਾਲ ਫਿਰ ਤੁਸੀਂ ਮੈਗਜ਼ੀਨ ਕੱਢੀ ਅਤੇ ਅਖਬਾਰ ਵੀ ਕੱਢਿਆ, ਅਤੇ ਅੱਜ ਕੱਲ੍ਹ ਵੀ ਤੁਸੀਂ ਅਖਬਾਰ ਕੱਢ ਰਹੇ ਹੋ ਅਤੇ ਵਿਲੱਖਣ ਕਿਸਮ ਦਾ ਅਖਬਾਰ ਕੱਢ ਰਹੇ ਹੋ ਲੋਕਾਂ ਨਾਲ। ਮੈਨੂੰ ਥੋੜ੍ਹਾ ਜਿਹਾ ਇੱਥੇ ਗਿਲਾ ਆਉਂਦਾ, ਖਾਸ ਕਰਕੇ ਲੋਕਲ ਲੋਕਾਂ ਨਾਲ, ਮੈਂ ਅਕਸਰ ਇਹ ਗਿਲਾ ਕਰਦਾ ਹੁੰਦਾ, ਪਰ ਇਹ ਗਿਲਾ ਕਰਨਾ ਬਣਦਾ ਇੱਥੇ ਵੀ ਅਸੀਂ ਨਾ ਪਤਾ ਨਹੀਂ ਕਿੱਧਰ ਨੂੰ ਤੁਰੇ ਹੋਏ ਹਾਂ, ਸਾਡਾ ਮੀਡੀਆ ਵੀ ਪਤਾ ਨਹੀਂ ਕਿੱਧਰ ਨੂੰ ਤੁਰਿਆ ਹੋਇਆ। ਜੇ ਜੋ ਤੁਹਾਡੇ ਨੇੜੇ ਕੋਈ ਬੰਦਾ ਵਿਚਰ ਰਿਹਾ, ਵਧੀਆ ਸ਼ਖਸੀਅਤਾਂ ਰਹਿ ਰਹੀਆਂ, ਉਹਨਾਂ ਨੂੰ ਤੁਸੀਂ ਇਗਨੋਰ ਕਰਦੇ ਹੋ, ਨਿੱਕੇ ਨਿੱਕੇ ਦੂਰ ਦੁਰਾਡੇ ਤੱਕ ਜਾ ਕੇ ਪਤਾ ਨਹੀਂ ਕਿੱਥੋਂ ਕਿਹੜਿਆਂ ਲੋਕਾਂ ਦੀਆਂ ਇੰਟਰਵਿਊਆਂ, ਕਿਹੜੀਆਂ ਚੀਜ਼ਾਂ ਤੁਸੀਂ ਕਰਦੇ ਹੋ, ਪਰ ਇੱਥੇ ਜੇ ਹੁਣ ਲੋਕਲ ਜੇ ਮੈਂ ਪੁੱਛੂੰਗਾ ਤਾਂ ਬਹੁਤ ਸਾਰੇ ਲੋਕਾਂ ਨੂੰ ਸਰੋੜਾ ਸਾਹਿਬ ਦੇਖਣਗੇ ਵੀ ਵੱਡੇ ਬਿਜ਼ਨਸਮੈਨ ਆ, ਇੱਕ ਵੱਡਾ ਬਿਜ਼ਨਸ ਚਲਾਉਂਦੇ ਆ, ਧਨਾੜ ਬੰਦਾ, ਕੋਈ ਇਹੀ ਨਫ਼ਰਤ ਕਰੀ ਜਾਂਦਾ ਵੀ ਤਾਂ ਧਨਾੜ ਬੰਦਾ, ਪਰ ਇਹ ਇੱਦਾਂ ਨਹੀਂ ਹੋਇਆ। ਇਹਨਾਂ ਦੀ ਵੀ ਲਾਈਫ ਦੇ ਵਿੱਚ ਬਹੁਤ ਕੁਛ ਹੋ ਕੇ ਅਤੇ ਫਿਰ ਇੱਥੋਂ ਤੱਕ ਪਹੁੰਚੇ ਆ। ਸੋ ਥੋੜ੍ਹੀ ਜਿਹੀ ਇੱਕ ਮੈਂ ਇਹ ਬੇਨਤੀ ਆ ਸਾਰਿਆਂ ਨੂੰ, ਜੇ ਮੀਡੀਆ ਚਲਾਉਣੇ ਹੋ ਤਾਂ ਤੁਹਾਨੂੰ ਸ਼ਾਇਦ, ਮੈਂ ਜਿਹੜਾ ਸਵਾਲ ਇਹਨਾਂ ਨੂੰ ਪੁੱਛਿਆ ਵੀ ਵਿਲੱਖਣ ਕਿਸਮ ਦਾ ਅਖਬਾਰ ਹੈ, ਸ਼ਾਇਦ ਮੈਨੂੰ ਲੱਗਦਾ ਤੁਹਾਡੇ 'ਚੋਂ ਬਹੁਤਿਆਂ ਨੂੰ ਨਹੀਂ ਪਤਾ, ਸੋ ਆਪਾਂ ਇਹਨਾਂ ਦੀ ਜ਼ਬਾਨੀ ਸੁਣਦੇ ਹਾਂ। ਉਸ ਅਖਬਾਰ ਦਾ ਨਾਮ ਹੈ ਜੀ ਬ੍ਰਿਲਸ ਐਕਸਪ੍ਰੈਸ ਜੀ। ਪਹਿਲਾਂ ਅਖਬਾਰ ਮੈਂ ਕੱਢਿਆ ਸੀ ਇੰਗਲਿਸ਼ ਅਤੇ ਪੰਜਾਬੀ ਨਾਲ ਜੀ। ਇਸ ਅਖਬਾਰ ਦੀ ਵਿਲੱਖਣਤਾ ਇਹ ਹੈ ਕਿ ਇਹ ਦੁਨੀਆਂ ਦਾ ਇੱਕੋ ਇੱਕ ਅਖਬਾਰ ਹੈ ਜੀ ਜਿਹੜਾ ਇੰਗਲਿਸ਼ 'ਚ ਛਪਦਾ ਹੈ, ਜਿਸ ਦੀ ਹਰ ਖਬਰ ਦੇ ਨਾਲ ਟਰਾਂਸਲੇਸ਼ਨ ਹੁੰਦੀ ਹੈ ਜੀ ਹਿੰਦੀ ਦੇ ਵਿੱਚ। ਹਿੰਦੀ ਦੇ ਵਿੱਚ ਪਹਿਲਾਂ ਮੈਂ ਪੰਜਾਬੀ 'ਚ ਕੀਤਾ ਸੀ ਜੀ, ਇੰਗਲਿਸ਼ ਟੂ ਪੰਜਾਬੀ ਜੀ। ਲੇਕਿਨ ਬਹੁਤ ਆਪਣੇ ਵਿਦਿਆਰਥੀਆਂ ਨੇ, ਪੰਜਾਬ ਦੇ ਲੋਕਾਂ ਨੇ, ਇਹਦੇ ਵਿੱਚ ਜ਼ਿਆਦਾ ਵਿਦਿਆਰਥੀਆਂ ਨੇ ਇੰਟਰਸਟ ਨਹੀਂ ਦਿਖਾਇਆ। ਚਲੋ ਅਖਬਾਰ ਪਾਪੂਲਰ ਵੈਸੇ ਹੋਇਆ ਤਾਂ ਇਹ ਹਰਿਆਣੇ 'ਚ, ਰਾਜਸਥਾਨ 'ਚ ਹੋਇਆ, ਤਾਂ ਫਿਰ ਇਹਨੂੰ ਹਿੰਦੀ 'ਚ ਕਰਨਾ ਪਿਆ ਜੀ। ਹੁਣ ਅੱਜ ਕੱਲ੍ਹ ਇਹ ਪੰਜਾਬੀ ਦੇ ਥਾਂ 'ਤੇ
ਇੰਗਲਿਸ਼ ਅਤੇ ਹਿੰਦੀ ਚ ਆਉਂਦੇ ਨੇ। ਮਤਲਬ ਇਸ ਅਖਬਾਰ ਦੀ ਜਿੰਨੀਆਂ ਵੀ ਖਬਰਾਂ ਛਪਦੀਆਂ ਨੇ ਉਹਨਾਂ ਸਾਰਿਆਂ ਦੇ ਨਾਲ ਹਿੰਦੀ ਦੇ ਵਿੱਚ ਟ੍ਰਾਂਸਲੇਸ਼ਨ ਹੁੰਦੀ ਹੈ ਤੇ ਜਿੰਨੇ ਡਿਫੀਕਲਟ ਵਰਡਸ ਨੇ ਜੀ ਉਹਨਾਂ ਦੇ ਨਾਲ ਮੀਨਿੰਗ ਵੀ ਜੀ ਹੁੰਦੇ ਨੇ ਜੀ। ਤੋ ਇਹ ਮੈਂ ਤਾਂ ਕੱਢਿਆ ਸੀਗਾ ਕਿ ਜਦੋਂ ਮੈਂ ਆਪਣੇ ਬੱਚਿਆਂ ਨੂੰ, ਮੈਂ ਇੱਕ ਚੀਜ਼ ਵੇਖੀ ਹੈ ਕਿ ਜਿਹੜੇ ਲੋਕੀ ਅਖਬਾਰ ਪੜ੍ਹਦੇ ਆ ਨਾ ਇੰਗਲਿਸ਼ ਦਾ ਰੋਜ਼, ਪੜ੍ਹਨਾ ਤਾਂ ਹਰੇਕ ਭਾਸ਼ਾ ਦਾ ਚਾਹੀਦਾ। ਮੈਂ ਇੰਗਲਿਸ਼ ਦਾ ਸਿਰਫ ਉਹਨਾਂ ਲੋਕਾਂ ਵਾਸਤੇ ਕਹਿੰਦਾ ਜਿਹੜੇ ਕਿਸੇ ਕੰਪੀਟੀਸ਼ਨ ਜਾਣਾ ਚਾਹੁੰਦੇ, ਇੰਗਲਿਸ਼ ਇੰਪਰੂਵ ਕਰਨਾ ਚਾਹੁੰਦੇ ਆ, ਤਾਂ ਉਹਨਾਂ ਵਾਸਤੇ ਸਭ ਤੋਂ ਵਧੀਆ ਜ਼ਰੀਆ ਹੈ ਅਖਬਾਰ ਜੀ। ਤਾਂ ਅਖਬਾਰ ਪੜ੍ਹਨ ਤੇ ਮੈਂ ਐਜ਼ ਟੀਚਰ ਮੈਂ ਆਪਣੇ ਸਟੂਡੈਂਟਸ ਨੂੰ ਕਹਿੰਦਾ ਸੀ ਕਿ ਤੁਸੀਂ ਅਖਬਾਰ ਪੜ੍ਹੋ ਜੀ, ਲੇਕਿਨ ਉਹਨਾਂ ਦੀ ਪ੍ਰੋਬਲਮ ਇਹ ਹੁੰਦੀ ਸੀ ਵੀ ਜਿਹੜੇ ਔਖੇ ਸ਼ਬਦ ਨੇ ਵੀ ਉਹ ਵਾਰੀ ਵਾਰੀ ਸਾਨੂੰ ਡਿਕਸ਼ਨਰੀ ਦੇਖਣੀ ਪੈਂਦੀ ਹੈ ਜੀ। ਤਾਂ ਫਿਰ ਮੈਂ ਉਹਦਾ ਇੱਕ ਹੱਲ ਲੱਭਿਆ ਵੀ ਮੈਂ ਆਪ ਹੀ ਆਪਣਾ ਅਖਬਾਰ ਬਣਾਉਣਾ ਸ਼ੁਰੂ ਕੀਤਾ ਤੇ ਉਹ ਨਾਲ ਟ੍ਰਾਂਸਲੇਸ਼ਨ ਦੇ ਨਾਲ ਮੀਨਿੰਗ ਨਾਲ ਹੀ ਦੇਣੇ ਸ਼ੁਰੂ ਕਰਦੇ ਤੇ ਉਹਦੇ ਨਾਲ ਵਿਦਿਆਰਥੀਆਂ ਨੇ, ਸਟੂਡੈਂਟਸ ਨੇ ਉਹਨੂੰ ਬਹੁਤ ਐਪਰੀਸ਼ੀਏਟ ਕੀਤਾ ਜੀ। ਤੇ ਇਸ ਤਰ੍ਹਾਂ ਦੇ ਨਾਲ ਅਖਬਾਰ ਚੱਲਦਾ। ਹਾਂ, ਹੁਣ ਅਸੀਂ ਪੰਜਾਬੀ ਦੇ ਵਿੱਚ ਵੀ ਸ਼ੁਰੂ ਕਰ ਰਹੇ ਹਾਂ ਐਕਚੁਅਲੀ, ਜਦੋਂ ਹਿੰਦੀ 'ਚ ਬਹੁਤ ਮਕਬੂਲ ਹੋ ਗਿਆ ਇਹ ਅਖਬਾਰ ਤੇ ਹੁਣ ਫਿਰ ਪੰਜਾਬੀ ਦੀ ਡਿਮਾਂਡ ਹੋਣੀ ਸ਼ੁਰੂ ਹੋਈ ਤਾਂ ਅਸੀਂ ਅਪਲਾਈ ਕਰਤਾ RNI ਕੋਲੇ ਤੇ ਹੁਣ ਇਸ ਤੋਂ ਬਾਅਦ ਬਹੁਤ ਜਲਦੀ ਇੰਗਲਿਸ਼ ਤੇ ਪੰਜਾਬੀ ਵਿੱਚ ਵੀ ਸ਼ੁਰੂ ਹੋਣੀ। ਕਿੰਨੇ ਵਕਫੇ ਬਾਅਦ ਕਰਦੇ ਹੁੰਦੇ ਕਿੰਨੇ ਆਨਲਾਈਨ ਵੀ ਆ ਤੇ ਆਨਲਾਈਨ ਵੀ ਹੈ ਤੇ ਪ੍ਰਿੰਟ ਵੀ ਹੈ, ਹਾਰਡ ਕਾਪੀ ਵੀ ਹੈ ਤੇ ਇਹ ਡੇਲੀ ਅਖਬਾਰ ਹੈ। ਕਿਉਂਕਿ ਦੁਨੀਆ ਭਰ ਤੋਂ ਇਸ ਟਾਈਮ ਸਾਡੇ ਜਿਹੜੇ ਦਰਸ਼ਕ ਜੁੜਦੇ ਆ, ਅਸੀਂ ਉਹਨਾਂ ਨੂੰ ਦੱਸ ਦਈਏ ਵੀ ਇਹ ਸਦੌੜਾ ਸਾਹਿਬ ਐਜ਼ ਏ ਜਿਹੜਾ ਹੁਣ ਬਿਜ਼ਨਸ ਕਰ ਰਹੇ ਆ ਉਹਦੀ ਆਈਲੈਸ ਦੇ ਜਿਹੜੇ ਇਹਨਾਂ ਦੇ ਸੈਂਟਰ ਆ, ਬ੍ਰਿਲਸ ਜਿਹਦਾ ਨਾਮ ਸੁਣਿਆ, ਬ੍ਰਿਲਸ ਦਾ ਮੈਨੂੰ ਲੱਗਦਾ ਸ਼ਾਰਟ ਫਾਰਮ ਆ ਬ੍ਰਿਲੀਅੰਟ ਦੀ, ਬ੍ਰਿਲਸ ਇੰਸਟੀਚਿਊਟ ਜੀ ਜੀ ਹਾਂ, ਬ੍ਰਿਲੀਅੰਟ ਦੀ ਸ਼ਾਰਟ ਫਾਰਮ ਬ੍ਰਿਲਸ ਦੇ ਨਾਂ ਦੇ ਇਹਨਾਂ ਨੇ ਜਿਹੜਾ ਆਪਣਾ ਖੋਲਿਆ ਹੋਇਆ ਇੰਸਟੀਚਿਊਟ। ਤੇ ਇਹ ਮੈਂ ਇੱਥੇ ਇਹ ਵੀ ਦੱਸਦਿਆਂ ਵੀ ਕੋਈ ਅਸੀਂ ਇੱਥੇ ਇਹਨਾਂ ਦੀ ਐਡਵਰਟਾਈਜ਼ ਕਰਨੀ ਹੈ ਕਿਉਂਕਿ ਇਹਨਾਂ ਨੂੰ ਲੋੜ ਨਹੀਂ ਹੈ। ਜੇ ਅਸੀਂ ਇਹਨਾਂ ਨੂੰ ਕਹਿੰਦੇ ਨਾ ਅਸੀਂ ਵੀ ਸਾਨੂੰ ਮਾੜੀ ਮੋਟੀ ਸਹਾਇਤਾ ਕਰੋ ਐਡਵਰਟਾਈਜ਼ ਦੀ, ਤਾਂ ਇਹਨਾਂ ਨੂੰ ਤਾਂ ਨਹੀਂ ਲੋੜ ਹੈ। ਰੋਜ਼ ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਜਵਾਬ ਦਿੰਦੇ ਆ, ਇਹਨਾਂ ਦੀ ਕਪੈਸਿਟੀ ਤੋਂ ਵਧਾ ਸਦਾ ਹੀ ਵੱਧ ਬੱਚੇ ਇਹਨਾਂ ਕੋਲ ਰਹਿੰਦੇ ਆ। ਸੋ ਉਹ ਚੀਜ਼ਾਂ ਲਈ ਨਹੀਂ, ਸਿਰਫ ਇਹਨਾਂ ਦੀ ਸ਼ਖਸੀਅਤ ਆ ਜਿਹੜਾ ਇਹਨਾਂ ਨੇ ਘਾੜ ਨਾ ਘਾੜ ਕੇ ਇੱਥੋਂ ਤੱਕ ਪਹੁੰਚੇ ਆ, ਮੈਂ ਉਹਨਾਂ ਲਈ ਤੇ ਜਾਂ ਇਹਨਾਂ ਦੇ ਜਿਹੜੇ ਵਿਲੱਖਣ ਕੀਤੇ ਕੰਮਾਂ ਲਈ ਅੱਜ ਇਹਨਾਂ ਦੇ ਕੋਲ ਬੈਠਾ। ਸੋ ਆਪਾਂ ਜੇ ਅਗਲੇ ਵਿਸ਼ੇ ਨੂੰ ਛੋਈਏ, ਤੁਸੀਂ ਜਰਨਲਿਜ਼ਮ ਕੀਤਾ, ਅਖਬਾਰ ਕੱਢੇ, ਇਹ ਲਾਈਨ ਤੁਹਾਨੂੰ ਪਿਆਰੀ ਲੱਗਦੀ ਆ, ਇੰਗਲਿਸ਼ ਨਾਮ ਹੋ ਰਿਹਾ, ਤੁਸੀਂ ਮਾਨਵਤਾ ਲਈ ਵੀ ਮੈਨੂੰ ਪਤਾ ਲੱਗਿਆ ਵੀ ਤੁਸੀਂ ਕਾਫੀ ਖੜੇ, ਹਿਊਮਨ ਰਾਈਟਸ ਦੇ ਲਈ ਕਾਫੀ ਲੜੇ, ਵੱਡੇ ਵੱਡੇ ਪੰਗੇ ਵੀ ਲਏ ਆ, ਮੇਰੇ ਵੀ ਯਾਦ ਆ ਇੱਕ ਦੋ ਪੰਗੇ ਇੱਥੇ ਅਕਸਰ ਸੁਰਖੀਆਂ ਬਣਦੇ ਰਹੇ ਆ, ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਬਣਿਆ। ਹਿਊਮਨ ਰਾਈਟਸ ਵੱਲ ਕੀ ਕੁਛ ਇੱਥੋਂ ਤੱਕ ਪਹੁੰਚੇ, ਕੀ ਕੁਛ ਕੀਤਾ, ਕਿਹੜਾ ਅਹੁਦਾ ਵੀ ਮੈਨੂੰ ਲੱਗਿਆ ਲਿਆ ਸੀ? ਹਾਂ ਬਿਲਕੁਲ, ਅਹੁਦੇ ਸੀਗੇ, ਪਰ ਮੈਨੂੰ ਮੈਂ ਉਹਦੇ ਵਿੱਚ ਜ਼ਿਆਦਾ ਟਾਈਮ ਇਸ ਕਰਕੇ ਨਹੀਂ ਲਗਾ ਸਕਿਆ ਕਿਉਂਕਿ ਜਦੋਂ ਲੋਕਾਂ ਨੂੰ ਇਹ ਪਤਾ ਲੱਗਿਆ ਕਿ ਮੇਰੇ ਕੋਲ ਹਿਊਮਨ ਰਾਈਟਸ ਦਾ ਇੱਕ ਵਧੀਆ ਅਹੁਦਾ ਹੈ, ਤਾਂ ਮੈਨੂੰ ਇਹ ਲੱਗਿਆ ਮੇਰੇ ਕੋਲ ਬਹੁਤ ਸਾਰੇ ਲੋਕੀ ਅਪਰੋਚ ਕਰਨ ਲੱਗੇ ਕੋਈ ਇਸ ਤਰ੍ਹਾਂ ਦੇ ਕਿ ਵੀ ਤੁਸੀਂ ਤਾਂ ਹਿਊਮਨ ਰਾਈਟਸ ਦੇ ਬੰਦੇ ਹੋ ਜੀ, ਤੇ ਵੀ ਕੋਈ ਪੁਲਿਸ 'ਚ ਕੰਮ ਕਰਾ ਲਓ, ਸਾਡਾ ਉਹ ਕਰਾ ਦਿਓ, ਉਹ ਕਰਾ ਦਿਓ, ਉਹ ਕਰਾ ਦਿਓ। ਮੈਨੂੰ ਲੱਗਿਆ ਵੀ ਇਹ ਕੰਮ ਮੇਰੇ ਵੱਸ ਦਾ ਨਹੀਂ ਹੈ ਤੇ ਮੈਂ ਉਦੋਂ ਥੋੜ੍ਹਾ ਜਿਹਾ ਪਿਛਾਂ ਹਟ ਗਿਆ ਕਿਉਂਕਿ ਬਹੁਤ ਸਾਰੇ ਲੋਕੀ ਉਸ ਦਾ ਨਜਾਇਜ਼ ਫਾਇਦਾ ਉਠਾਉਣਾ ਚਾਹੁੰਦੇ ਸੀ ਵਧੀਆ ਅਹੁਦੇ ਤੇ ਹੋਣ ਕਰਕੇ, ਤੇ ਲੇਕਿਨ ਮੈਂ ਉਹਨੂੰ ਫਿਰ ਰਿਜ਼ਾਈਨ ਕਰਤਾ। ਤੇ ਲੇਕਿਨ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ, ਜਿਹਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸ਼ੌਕ ਸੀਗਾ, ਮੈਂ ਉਸਨੂੰ ਬਹੁਤ ਦਿਲੋਂ ਕਰਦਾ ਸੀ ਜੀ ਉਸ ਕੰਮ ਨੂੰ, ਉਹ ਸੀ ਪਾਪੂਲੇਸ਼ਨ ਕੰਟਰੋਲ ਜੀ। ਤੇ ਮੈਨੇ ਕੰਮ ਕੀਤਾ ਆਬਾਦੀ ਰੋਕੋ ਅੰਦੋਲਨ ਨਾਮ ਦਾ ਇੱਕ ਮੂਵਮੈਂਟ ਸੀ ਜਿਹੜੀ ਕਿ ਮੈਂ ਮਾਨਸਾ ਤੋਂ ਚਲਾਉਂਦਾ ਸੀ। ਉਹਦੇ ਵਿੱਚ ਬਹੁਤ ਕੁਛ ਕਰਦੇ ਸੀ, ਜਿਹੜੀਆਂ ਰਵਾਇਤੀ ਚੀਜ਼ਾਂ ਨੇ ਜਿਵੇਂ ਸੈਮੀਨਾਰ ਕਰਵਾਉਣਾ ਉਹ ਇੱਕ ਵੱਖਰੀ ਚੀਜ਼ ਹੈ, ਲੇਕਿਨ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਚੀਜ਼ਾਂ ਕੀਤੀਆਂ ਜਾਂਦੀਆਂ ਸੀ, ਜਿਵੇਂ ਮੈਂ ਇੱਕ ਕਿਤਾਬ ਲਿਖਵਾਈ ਗੀਤਾਂ 'ਤੇ, ਅਤੇ ਸਾਡੇ ਮਾਨਸਾ ਤੋਂ ਇੱਕ ਲੇਖਕ ਹਨ ਲਿਰਿਸਿਸਟ ਹਨ ਮਿਸਟਰ ਸੁਰਿੰਦਰ ਸਾਗਰ, ਉਹਨਾਂ ਨੇ ਲਿਖੇ ਗੀਤ, ਤਾਂ ਫਿਰ ਉਸ ਤੋਂ ਬਾਅਦ ਉਹਨਾਂ ਗੀਤਾਂ ਦੀ ਕੈਸੇਟ ਵੀ ਬਣਵਾਈ
ਉਹ ਫ੍ਰੀ ਵੰਡੀ ਪਾਪੂਲੇਸ਼ਨ ਤੇ ਗੀਤਾਵਾਂ ਦੇ ਕੈਸੇਟ ਬਣਾਏ। ਲੇਕਿਨ ਇੱਕ ਹੋਰ ਚੀਜ਼ ਜਿਹੜੀ ਬਹੁਤ ਇਫੈਕਟਿਵ ਸੀਗੀ ਕਿ ਸਾਡੀ ਸੰਸਥਾ ਵੱਲੋਂ ਇੱਕ ਸਰਟੀਫਿਕੇਟ ਦਿੱਤਾ ਜਾਂਦਾ ਸੀਗਾ ਜੀ, ਫਿਟ ਐਂਡ ਸਰਟੀਫਿਕੇਟ ਜੀ, ਮੈਂ ਇਸੇ ਤੇ ਆਉਣਾ ਚਾਹੁੰਦਾ ਸੀ। ਫਿਟ ਐਂਡ ਸਰਟੀਫਿਕੇਟ ਇਹ ਸਿਰਫ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਸੀਗਾ ਜਿਹੜੇ ਬਹੁਤ ਬਹੁਤ ਵੱਡੀਆਂ ਹਸਤੀਆਂ ਨੇ, ਮੰਨ ਲਓ ਕੋਈ ਪੋਲੀਟੀਕਲ ਲੀਡਰਸ ਨੇ ਜੀ, ਜੀ ਕੋਈ ਬਹੁਤ ਵੱਡੇ ਅਧਿਕਾਰੀ ਨੇ, ਸਿਰਫ ਉਹਨਾਂ ਨੂੰ ਜੀ, ਤੇ ਉਹਨਾਂ ਦੇ ਲੋੜ ਤੋਂ ਵੱਧ ਬੱਚੇ ਨੇ ਜੀ, ਸਿਰਫ ਉਹਨਾਂ ਨੂੰ, ਗਰੀਬ ਲੋਕਾਂ ਨੂੰ ਜੀ। ਤੇ ਜਦੋਂ ਉਹਨਾਂ ਦੇ ਲੋੜ ਤੋਂ ਜ਼ਿਆਦਾ ਬੱਚੇ ਹੁੰਦੇ ਸੀਗੇ ਤਾਂ ਉਹਨਾਂ ਨੂੰ ਇੱਕ ਸਰਟੀਫਿਕੇਟ ਭੇਜਿਆ ਜਾਂਦਾ ਸੀਗਾ, ਉਸ ਸਰਟੀਫਿਕੇਟ ਦਾ ਨਾਮ ਸੀਗਾ ਫਿਟ ਐਂਡ ਸਰਟੀਫਿਕੇਟ। ਤੇ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹਾਂਗਾ, ਯੂਪੀ ਦਾ ਇੱਕ ਜੇਲ੍ਹ ਮੰਤਰੀ ਸੀਗੇ ਜੀ, ਉਹ ਮੈਂ ਘਰ ਬੈਠਾ ਸੀ ਤੇ ਮੈਂ ਜੀ ਟੀ ਵੀ ਤੇ ਇੱਕ ਇੰਟਰਵਿਊ ਵੇਖ ਰਿਹਾ ਸੀਗਾ ਜੀ, ਉਹਨਾਂ ਦਾ 11ਵਾਂ ਬੱਚਾ ਹੋਇਆ ਸੀਗਾ, ਲੜਕਾ ਹੋਇਆ ਸੀ 10 ਲੜਕੀਆਂ ਤੋਂ ਬਾਅਦ। ਅੱਛਾ, 11ਵਾਂ ਲੜਕਾ ਹੋਇਆ ਸੀ, ਮੈਂ ਇੰਟਰਵਿਊ ਦੇਖ ਰਿਹਾ ਸੀ ਉਹਨਾਂ ਦੀ ਤੇ ਉਹ ਕਹਿ ਰਹੇ ਸੀ ਵੀ ਅਗਲੇ ਸਾਲ 12ਵਾਂ ਵੀ ਹੋਊਗਾ। ਅੱਛਾ, ਮਤਲਬ ਮੈਨੂੰ ਲੱਗਿਆ ਵੀ ਇੱਕ ਮੰਤਰੀ ਹੈ ਸਾਡੇ ਦੇਸ਼ ਦੀ ਜਿਹੜੀ ਸਰਕਾਰ ਆ ਉਹ ਫੈਮਿਲੀ ਪਲੈਨਿੰਗ ਤੇ ਕਰੋੜਾਂ ਰੁਪਏ ਖਰਚ ਰਹੀ ਹੈ, ਠੀਕ ਹੈ, ਇੱਕ ਮੰਤਰੀ ਇਹ ਕਹਿ ਰਿਹਾ ਕਿ 11ਵਾਂ ਤਾਂ ਹੋ ਗਿਆ ਤੇ ਅਗਲੇ ਸਾਲ 12ਵਾਂ ਵੀ ਹੋਏਗਾ। ਤੇ ਸੋ ਇੱਕ ਫਿਟ ਐਂਡ ਸਰਟੀਫਿਕੇਟ ਭੇਜਿਆ। ਅੱਛਾ ਜੀ, ਉਹ ਫਿਟ ਐਂਡ ਸਰਟੀਫਿਕੇਟ ਕੱਲੇ ਉਸ ਬੰਦੇ ਨੂੰ ਨਹੀਂ ਭੇਜਿਆ ਜਾਂਦਾ, ਇਹ ਨਹੀਂ ਕੱਲੇ ਉਸ ਨੂੰ ਭੇਜਿਆ ਜਾਂਦਾ, ਉਹ ਉਸ ਸਾਰੇ MLA ਨੂੰ ਜੀ, ਜਿਹੜੇ ਮਤਲਬ ਜਿਵੇਂ ਫੋਰ ਐਗਜ਼ਾਮਪਲ ਪੰਜਾਬ 'ਚ ਭੇਜਣਾ ਹੈ, ਯੂਪੀ 'ਚ ਭੇਜਣਾ ਜੀ, ਤਾਂ ਯੂਪੀ ਦੇ ਸਾਰੇ MLA ਨੂੰ, ਸਾਰੇ ਪ੍ਰੈਸ ਵਾਲਿਆਂ ਨੂੰ, ਰਾਈਟ, ਤੇ ਸੰਬੰਧਿਤ ਅਧਿਕਾਰੀਆਂ ਨੂੰ, ਉਹ ਸਾਰਿਆਂ ਨੂੰ ਭੇਜਿਆ ਜਾਂਦਾ ਮੀਡੀਆ ਨੂੰ। ਤੇ ਇੱਥੇ ਸਾਨੂੰ ਮੈਂ ਜਿਹੜੀ ਇੱਕ ਗੱਲ ਦੱਸਣੀ ਚਾਹਾਂਗਾ ਉਹ ਇਹ ਹੈ ਕਿ ਉਹਨਾਂ ਨੇ ਇਹ ਮਤਲਬ ਕਿ ਸੱਦਾ ਦਿੱਤਾ ਸੀ ਕਿ ਪਾਰਟੀ ਦਾ ਉਹਨਾਂ ਨੇ ਲੋਕਾਂ ਨੂੰ ਇਨਵਾਈਟ ਕੀਤਾ ਸੀ ਲੜਕੇ ਦੀ ਖੁਸ਼ੀ 'ਚ, 11ਵੇਂ ਲੜਕੇ ਦੀ ਖੁਸ਼ੀ 'ਚ, ਲੇਕਿਨ ਜਦੋਂ ਉਹਨਾਂ ਕੋਲ ਫਿਟ ਐਂਡ ਸਰਟੀਫਿਕੇਟ ਪਹੁੰਚਿਆ ਤਾਂ ਉਹਨਾਂ ਨੂੰ ਪਾਰਟੀ ਕੈਂਸਲ ਕਰਨੀ ਪਈ। ਤਾਂ ਮਤਲਬ ਇਹ ਸੀ। ਤੇ ਇੱਕ ਫਿਟ ਐਂਡ ਸਰਟੀਫਿਕੇਟ ਦਾ ਇੱਕ ਮੈਂ ਇਹਦੇ ਸਕਸੈਸ ਬਾਰੇ ਤੁਹਾਨੂੰ ਦੱਸਣਾ ਚਾਹਾਂਗਾ ਜੀ, ਕਿ ਜਿਹਨੂੰ ਫਿਟ ਐਂਡ ਸਰਟੀਫਿਕੇਟ ਭੇਜਤਾ ਮੁੜ ਕੇ ਉਹਦੇ ਉਹਦੇ ਬਾਅਦ ਆਬਾਦੀ ਦੇ ਰੋਕ ਲਾ ਸੀ, ਉਹਨੇ ਆਬਾਦੀ ਦੇ ਰੋਕ ਲਾ, ਲਾਲੂ ਪ੍ਰਸ਼ਾਦ ਯਾਦਵ ਵੀ ਇਨਸ਼ਾਅੱਲਾ ਵੀ ਉਹਨਾਂ 'ਚ ਇੱਕ ਸੀਗੇ ਜਦੋਂ ਉਹਨਾਂ ਦੇ ਨੌਵੀਂ ਲੜਕੀ ਵੀ ਸੀਗੇ ਜੀ, ਤਾਂ ਉਹਨਾਂ ਨੂੰ ਭੇਜਿਆ ਗਿਆ ਸੀ ਜੀ। ਦੇਖੋ ਦੋਸਤੋ, ਮੈਂ ਇੱਥੇ ਦੱਸ ਦਿਆਂ, ਮੈਂ ਇਹ ਸਵਾਲ ਮੈਨੂੰ ਬੜਾ ਇੰਟਰਸਟਿੰਗ ਲੱਗਦਾ ਸੀ, ਮੈਂ ਕਰਨਾ ਸੀ, ਤੇ ਪਰ ਉਹਨਾਂ ਨੇ ਆਪਣੇ ਆਪ ਹੀ ਬੜਾ ਵਧੀਆ ਜਵਾਬ ਦਿੱਤਾ। ਇਹਨਾਂ ਨੇ ਇੱਕ ਵਿਲੱਖਣ ਕਿਸਮ ਦਾ ਜਿਹੜਾ ਅਵਾਰਡ ਸ਼ੁਰੂ ਕੀਤਾ ਸੀ ਜਿਹਨੂੰ ਫਿਟ ਲਾਂਤ, ਫਿੱਟੇ ਮੂੰਹ ਕਹਿ ਸਕਦੀ ਹੈ, ਜਾਂ ਲਾਹਣਤ ਪਾਉਣੀ ਵੀ, ਜਾਂ ਤੂੰ ਕਰੀ ਕੀ ਜਾਂਦਾ, ਤੇ ਖਾਸ ਕਰਕੇ ਉਹ ਆਬਾਦੀ ਵਧਾਉਣ ਵਾਲੇ ਦੇ ਨਾਂ ਤੇ। ਤੇ ਉਹਦੇ ਲਈ ਇਹਨਾਂ ਨੇ ਵੱਡੇ ਵੱਡੇ ਲੋਕਾਂ ਨੂੰ ਟਾਰਗੇਟ ਕੀਤਾ, ਜਿਹਨਾਂ 'ਚ ਇਹ ਜੇਲ੍ਹ ਮੰਤਰੀ ਤੇ ਲਾਲੂ ਪ੍ਰਸ਼ਾਦ ਯਾਦਵ ਤੱਕ ਸ਼ਾਮਲ ਸਨ। ਸੋ ਬੜਾ ਵਧੀਆ ਇਹ ਜਿਹਾ ਰੁਝਾਨ ਹੁੰਦਾ ਤੇ ਕੋਈ ਦਲੇਰੀ ਨਾਲ ਹੀ ਕਰ ਸਕਦਾ, ਤੇ ਇਹਦੇ ਨਾਲ ਤੁਹਾਨੂੰ ਵੀ ਕਈ ਵਾਰ ਮੂਹਰੋਂ ਵੀ ਪਏ ਹੋਣਗੇ ਕਿਸੇ ਨਾ ਕਿਤੇ, ਉਹ ਤਾਂ ਹੁੰਦੇ ਹੈ, ਇਟਸ ਕੁਆਇਟ ਨੈਚੁਰਲ। ਪਰ ਜਦੋਂ ਉਹਨਾਂ ਨੂੰ ਪਤਾ ਹੁੰਦਾ ਵੀ ਤੁਸੀਂ ਜਦੋਂ ਇਹ ਕੰਮ ਕਿਸੇ ਆਪਣੇ ਸੈਲਫ ਇੰਟਰਸਟ ਕਰਕੇ ਨਹੀਂ ਕਰ ਰਹੇ, ਕਿਸੇ ਕਰਕੇ ਨਹੀਂ ਕਰ ਰਹੇ, ਕਿਉਂਕਿ ਮੈਂ ਕੋਈ ਪੋਲੀਟੀਕਲ ਬੰਦਾ ਨਹੀਂ ਸੀਗਾ, ਠੀਕ ਹੈ, ਜੇ ਉਹਨਾਂ ਨੂੰ ਇਹ ਲੱਗੇ ਵੀ ਹਾਂ ਇਹ ਵਿਅਕਤੀ ਸਾਨੂੰ ਟਾਰਗੇਟ ਵੈਸੇ ਕਰ ਰਹੇ ਨੇ, ਫਿਰ ਉਹ ਜ਼ਿਆਦਾ ਉਹ ਕਰਦੇ ਨੇ। ਪਰ ਉਹਨੂੰ ਪਤਾ ਸੀਗਾ ਵੀ ਆਪਣੇ ਮਤਲਬ ਇੱਕ ਪਾਪੂਲੇਸ਼ਨ ਨੂੰ ਕੰਟਰੋਲ ਇੱਕ ਸੁਹਿਰਦੇ ਨਾਲ ਕਰ ਰਹੇ ਨੇ, ਇਸ ਕਰਕੇ ਕੋਈ ਜ਼ਿਆਦਾ ਪ੍ਰੋਬਲਮ ਤਾਂ ਨਹੀਂ ਆਈ ਇਹਦੇ ਵਿੱਚ। ਪਰ ਬਾਕੀ ਤਾਂ ਤੁਹਾਨੂੰ ਪਤਾ ਹੀ ਹੈ, ਖੜਕਾ ਦੜਕਾ ਤਾਂ ਹੁੰਦੀ ਹੈ ਥੋੜ੍ਹਾ ਬਹੁਤ। ਜਦੋਂ ਤੁਸੀਂ ਪਾਵਰ ਆਈ ਸੀ, ਤੁਹਾਡੇ ਕੋਲ ਜਦੋਂ ਆਈ ਸੀ ਪਾਵਰ ਆਈ ਸੀ, ਫਿਰ 32 ਦਾ ਨਾਂ ਦੇ ਵੀ ਮਾਣਿਆ? ਨਹੀਂ, ਮੈਂ ਉਹਦੇ ਹੱਕ 'ਚ ਨਹੀਂ ਸੀਗਾ ਜੀ, ਬੱਤੀ ਦਿੱਤੀ ਤਾਂ ਸੀ ਇਹਨਾਂ ਨੇ। ਨਹੀਂ, ਮੈਂ ਬਿਲਕੁਲ ਪੁੱਛਿਆ ਵੀ ਨਹੀਂ ਉਸ ਬਾਰੇ। ਅੱਛਾ, ਤੇ ਮੈਂ ਉਹ 'ਚ ਇੰਟਰਸਟ ਵੀ ਨਹੀਂ ਲੱਗਦਾ ਜੀ। ਮੈਂ ਕਿਹਾ ਕਈ ਵਾਰੀ ਏਦਾਂ ਹੋ ਜਾਂਦਾ ਵੀ ਜਦੋਂ ਨਹੀਂ ਮਿਲਦੀ ਤਾਂ ਆਪਾਂ ਉਹਦੇ ਖਿਲਾਫ ਲਿਖਦੇ ਹਾਂ, ਜੋ ਮਿਲਦੇ ਆ ਤਾਂ ਆਪਾਂ ਕਈ ਵਾਰੀ ਸਕੂਟਰ 'ਤੇ ਵੀ ਲਾ ਦਿੰਦੇ ਹਾਂ। ਮਤਲਬ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਮੈਂ ਛੱਡਦੇ ਹੀ ਨਹੀਂ ਸੀਗਾ ਜੀ, ਮੈਂ ਰਿਜ਼ਾਈਨ ਹੀ ਨਹੀਂ ਕਰਦਾ ਸੀ ਜੀ, ਜੇ ਉਹ ਸ਼ੌਕ ਹੁੰਦਾ ਤਾਂ ਮੈਂ ਰਿਜ਼ਾਈਨ ਹੀ ਨਹੀਂ ਕਰਨਾ ਸੀਗਾ ਜੀ।